ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ ਸੋ ਗੋ ਐਂਡ ਸਬਸਕ੍ਰਾਈਬ ਓ ਮੈਂਡੀ ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ नमस्कार आदाब प्यार भरी सत श्री अकाल मैं थोड़ा अपना रवनीत लैके हाजिर हो चुका 7 बजे का टाइम है बुधवार तुसी टीवी सामने बैठ चुके हो ताड़ा मन पसंदीदा प्रोग्राम वड्डियां दे आशीर्वाद नाल चलन वाला शो जिहदा नाम है कंटीनी रुखां दा शहर इहनू हुशियारपुर कहिंदे ने बच्चे इत्थों दे किन्ने क हुशियार ने किन्ने क शरारती ने किन्ने क टैलेंटड ने उह आपां वेखांगे रियात एंड 12 कैंपस हुशियारपुर बहुत वधिया कैंपस बहुत शानदार कैंपस मैं थैंक्स करदा इत्थों दे फैकल्टी मैंबरस का प्रोफेसर साहबाना का VC साहब का तो इन्हां बच्चों का जिन्हां दे प्यार आशीर्वाद सत्कार दे नाल इह शो चलदा है सो तुहाडा अपना फेवरेट शो है पहले बच्चे नूं इत्थों दे नूं सद्दा दिंदे आ माइक मैं हुणे ही फड़ाया सी ओह डरी जांदी माइक दूजे नूं फड़ाई जांदी है ओह ऐं करके माइक जाएंगे तू फड़ लै चलो कोई नहीं आ जाओ तुसीं आओ जी सत श्री अकाल जी ਕੀ ਨਾਂ ਜੀ ਤੁਹਾਡਾ ਰਵਿੰਦਰ ਕੌਰ ਰਵਿੰਦਰ ਕੌਰ ਜੀ ਕਿੱਥੋਂ ਬਿਲੋਂਗ ਕਰਦੇ ਮਾਈਕ ਥੋੜਾ ਤਾਹਾਂ ਕਰ ਲਓ ਤਾਂ ਬਹੁਤ ਵਧੀਆ ਆਵਾਜ਼ ਆਊਗੀ ਟਾਂਡਾ ਹੈਂਜੀ ਟਾਂਡਾ ਟਾਂਡਾ ਓਕੇ ਓਕੇ ਟਾਂਡਾ ਸ਼ਹਿਰ ਹਾਂਜੀ ਤੇ ਕੀ ਬਣਨਾ ਚਾਹੁੰਦੇ ਹੋ ਨਰਸਿੰਗ ਦੇ ਵਿੱਚੋਂ ਤੁਹਾਡੀ ਜਿੱਦਾਂ ਦੀ ਵਰਦੀ ਦੱਸਦੀ ਹੈ ਨਰਸਿੰਗ ਚੋਂ ਮਤਲਬ ਲਾਈਕ ਅਗਰ ਤੁਸੀਂ ਮੈਨੂੰ ਪੁੱਛੋ ਤਾਂ ਮੈਨੂੰ ਐਕਸਪਲੋਰਿੰਗ ਐਂਡ ਟਰੈਵਲਿੰਗ ਕਰਨਾ ਬਹੁਤ ਜ਼ਿਆਦਾ ਪਸੰਦ ਹੈ ਨਹੀਂ ਮੈਂ ਕਿਹਾ ਬਣਨਾ ਕੀ ਚਾਹੁੰਦੇ ਹੋ ਬਣਨਾ ਮਤਲਬ ਹੁਣ ਦੇਖੋ ਮੇਰਾ ਨਰਸਿੰਗ ਇੱਕ ਲਾਈਫ ਦਾ ਆਪਸ਼ਨ ਰਹੇਗਾ ਪਹਿਲਾਂ ਤਾਂ ਮੈਂ ਐਕਸਪਲੋਰਿੰਗ ਜਾਂ ਟਰੈਵਲਿੰਗ ਵੱਲ ਹੀ ਜਾਊਂਗੀ ਆਫਟਰ ਡਿਗਰੀ अच्छा पहला घूमना है हां जी टिकट टू के बाद लावांगे हां जी हां जी बहुत अच्छे कितने कितने तक घूमे हो फिलहाल मैं शिमला मनाली कसौल खीरगंगा रोहतांग तुस तो कंडक्टर लगदे हो कंडक्टर तो नहीं हो मैं नहीं जिद्दा तुसी स्पीड कीती है मनाली कसौल की गल है पर शौक शौक की गल है ना बहुत बढ़िया बहुत बढ़िया मजाक एक पासे अच्छा जे मनाली नु जाइए मनाली च किथे रहे किन्ने नाल गए मैं सोलो मतलब पैकेज दे थ्रू गई सीगी सोलो ट्रैवलर सीगी मैं वाह जी वाह सोलो ट्रैवलिंग कर रहे हो बहुत बढ़िया व्लॉग भी बनाने हो नहीं बस सोचे है कि मैं बनाऊं आफ्टर डिग्री ही बनाऊं क्योंकि मेरा लास्ट ईयर है मेरे मम्मी डैडी शो दे बहुत ज्यादा बड़े फैन है तुसी प्लीज उन्हें एक बार हेलो बोल दो उन्होंने मैंने सवेरे दे 4 बार फोन कर ले कि किथे रह गए तुसी बोल दो तुसी फोन लाओ उन्होंने लाओ फोन मैं आंटी जी नु मत्था भी टेक देना क्योंकि मैं पहला गया ये शो हैगा वड्डियां दा ਵੱਡਿਆਂ ਦੇ ਆਸ਼ੀਰਵਾਦ ਨਾਲ ਸ਼ੋਅ ਹੈ ਹੁਣ ਮੈਂ ਸਪੀਕਰ ਤੇ ਇਹਨਾਂ ਦੇ ਮੰਮੀ ਜੀ ਨਾਲ ਗੱਲ ਵੀ ਕਰੂੰਗਾ ਤੁਸੀਂ ਕਹਿ ਦਿਓ ਵੀ ਸਪੀਕਰ ਤੇ ਲੱਗਣ ਲੱਗੀ ਹੈ ਹੈਲੋ ਮੰਮੀ ਫੋਨ ਨਹੀਂ ਨਹੀਂ ਇਹਨੇ ਜੀ ਬੋਲਣਾ ਫੋਨ ਸਪੀਕਰ ਤੇ ਹੈ ਤੇ ਉਹ ਤਾਂ ਨਾ ਗੱਲ ਕਰਨਾ ਚਾਹੁੰਦੇ ਨੇ ਮੈਂ ਸਪੀਕਰ ਤੇ ਲਗਾਉਂਦੀ ਹਾਂ ਫੋਨ ਲਾਓ ਜੀ ਪੈਰੀ ਪੈਣਾ ਜੀ ਜਿਉਂਦੇ ਰਹੋ ਹੋ ਗਿਆ ਕੰਮ ਖੜ ਜਾਓ ਦੁਆਵਾਂ ਚੱਲ ਪਈਆਂ ਆਵਾਜ਼ ਤੇਜ਼ ਕਰ खड़ जो आंटी जी एक मिनट मम्मी जी हाँ जी आंटी जी पैरी पहना जी थैंक यू सो मच तुसी टीवी ते भी ए जड़ी गलबात हो रही है टीवी ते भी तुसी देखोगे ओके ओके मैं बहुत चाचड़े तुसी मेरे बहुत फेवरेट हो आंटी जी बस तुसी अपना आशीर्वाद दे के रखियो ओके ओके थैंक्स मेरा सिर झुकदा जी तुहाडे कदमां च थैंक यू सो मच ਤੁਹਾਡਾ ਆਸ਼ੀਰਵਾਦ ਮੇਰੇ ਨਾਲ ਰਹਿਣਾ ਚਾਹੀਦਾ ਓਕੇ ਓਕੇ ਬਾਏ ਬਾਏ ਲਓ ਜੀ ਲਓ ਕੱਟ ਦੋ ਥੈਂਕ ਯੂ ਮੇਰੀ ਨਾ ਇੱਕ ਵਿਸ਼ ਹੈ ਮੈਂ ਤਾਂ ਨਾ ਕਪਲ ਡਾਂਸ ਕਰਨਾ ਚਾਹੁੰਦੇ ਹਾਂ ਅੱਛਾ ਜੀ ਹਾਂਜੀ ਤੁਹਾਡੀਆਂ ਵਿਸ਼ਾਂ ਨਹੀਂ ਮੁੱਕਣੀਆਂ ਇੱਕ ਹੈ ਜੋ ਪੂਰੀ ਕਰ ਦੋ ਕਿਹੜੇ ਗਾਣੇ ਤੇ ਜੀ ਮੈਂ ਉਹਨਾਂ ਨੂੰ ਬੋਲਦੇ ਆ ਸੌਂਗ
ਉਹ ਮੈਂ ਕਿਹਾ ਜਿਨ੍ਹਾਂ ਨੇ ਆਸ਼ੀਰਵਾਦ ਦਿੱਤਾ ਕਿਤੇ ਡਾਂਗ ਨੇ ਲੈ ਕੇ ਆ ਜਾਣ ਤੇ ਕਣ ਤੇਰੀ ਭਲੀ ਹੋ ਜੇ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਆਓ ਜੀ ਆਓ ਥੈਂਕ ਯੂ ਸੋ ਮੱਚ ਟਰੈਵਲਰ ਸਾਹਿਬ ਥੈਂਕ ਯੂ ਸੋ ਮੱਚ ਗੋਡ ਬਲੈਸ ਯੂ ਆ ਜਾਓ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਤੁਹਾਡਾ ਕੀ ਨਾਮ ਜੀ ਗਗਨਦੀਪ ਕੌਰ ਗਗਨਦੀਪ ਤੁਹਾਡਾ ਜੀ ਤਰਨਜੀਤ ਤਰਨਜੀਤ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਗੜਦੀਵਾਲਾ ਗੜਦੀਵਾਲ ਤੁਸੀਂ ਹੁਸ਼ਿਆਰਪੁਰ ਤੋਂ ਕੀ ਪਰਫਾਰਮ ਕਰੋਗੇ ਸਿੰਗਿੰਗ ਓਕੇ ਸੋਹਣੇ ਆਵੇ ਗੁੱਸਾ ਤੇਰਾ ਨੱਕ ਤੋਂ ਨਹੀਂ ਗਿਰਦਾ ਉਂਝ ਵੇ ਤੂੰ ਗਲ ਵਿੱਚ ਚਾਂਦੀ ਪਾਈ ਫਿਰਦਾ ਕੀ ਬਾਤ ਹੈ ਸੋਹਣੇ ਆਵੇ ਗੁੱਸਾ ਤੇਰਾ ਨੱਕ ਤੋਂ ਨਹੀਂ ਗਿਰਦਾ ਉਂਝ ਵੇ ਤੂੰ ਗਲ ਵਿੱਚ ਚਾਂਦੀ ਪਾਈ ਫਿਰਦਾ ਨੀ ਦਿਲ ਬੜਾ ਕਰੇ ਨਾਲ ਦਾ ਤੇਰੇ ਨਾਲ 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 ਚੱਲਾ ਚਾਂਜਰੇ ਗਵਾਚ ਗਈ ਮੇਰੀ ਗਵਾਚ ਗਈ ਮੇਰੀ ਤੇਰੇ ਪਿੱਛੇ ਪਿੱਛੇ ਕੰਮ ਦੀ ਦੀ ਚੰਨਾ ਚਾਂਜਰੇ ਗਵਾਚ ਗਈ ਮੇਰੀ ਗਵਾਚ ਗਈ ਮੇਰੀ ਤੇਰੇ ਪਿੱਛੇ ਪਿੱਛੇ ਕੰਮ ਦੀ ਦੀ ਚੰਨਾ ਹੈਲੋ ਸਰ ਹੈਲੋ ਜੀ ਹਾਂਜੀ ਹਾਂ ਤੇਰੇ ਸੰਗ ਸੰਗ ਨਾ ਹੁਣ ਹੁਣ ਸੰਗ ਨਾ ਅੱਛਾ ਟਿਫਨ ਟਿਫਨ ਲੈ ਕੇ ਆਏ ਟਿਫਨ ਨਹੀਂ ਐਡਾ ਝੋਲੇ ਚ ਕੀ ਹੈ ਫਿਰ ਬੁੱਕਸ ਹੈ ਬੁੱਕਸ ਹਾਂਜੀ ਕੀ ਪੜ੍ਹਦੇ ਹੋ ਮੈਂ ਸਾਰੇ ਸਬਜੈਕਟਸ ਪੜ੍ਹ ਲੈਂਦਾ ਉਸ ਤੋਂ ਇਲਾਵਾ ਰੀਡਿੰਗ ਦਾ ਵੀ ਸ਼ੌਂਕ ਹੈ ਅੱਛਾ ਕੀ ਪੜ੍ਹਦੇ ਹੋ ਨੋਵਲ ਨੋਵਲਸ ਪੜ੍ਹਦੇ ਹੋ ਕਿਹੜਾ ਨੋਵਲ ਪੜ੍ਹਿਆ ਦ ਫਿਲਾਸਫਰ ਹਾਂਜੀ ਦ ਗ੍ਰੇਟ ਫਿਲਾਸਫਰ ਅੱਛਾ ਹੁਣ ਗ੍ਰੇਟ ਆ ਗਿਆ ਅੱਗੇ ਕੀ ਸਿਖਾਇਆ ਨਾਵਲ ਨੇ ਕਿ ਕਿਸੇ ਨਾਲ ਵੀ ਬੁਰਾ ਨਹੀਂ ਕਰੀਦਾ ਸਭ ਨਾਲ ਅੱਛੇ ਵਿਵਹਾਰ ਕਰੀਦਾ ਸਭ ਨਾਲ ਪਿਆਰ ਨਾਲ ਰਹੀਦਾ ਕਿੱਥੇ ਰਹਿੰਦੇ ਹੋ ਤੁਸੀਂ ਮੈਂ ਮੈਲੀਡੈਮ ਹਾਂਜੀ ਮੈਲੀਡੈਮ ਮੈਰਿਡ ਮੈਲੀਡੈਮ ਮੈਲੀਡੈਮ ਹੁਸ਼ਿਆਰਪੁਰ ਦਾ ਮਸ਼ਹੂਰ ਸ਼ਹਿਰ ਅੱਛਾ ਕਿਹੜਾ ਮੈਲੀਡੈਮ ਹਾਂਜੀ ਅੱਛਾ ਪਰਿਵਾਰ 'ਚ ਕੌਣ ਕੌਣ ਤੁਹਾਡੇ ਮਮ ਡੈਡ ਦਾਦਾ ਜੀ ਸਾਰੇ ਠੀਕ ਠਾਕ ਹਾਂਜੀ ਕੀ ਸੁਣਾਓਗੇ ਡਾਂਸ ਆ ਡਾਂਸ ਸੁਣਾਊਗਾ ਮੁੰਡਾ ਡਾਂਸ ਸੁਣਾਓ ਫਿਰ ਕਰਨੇ ਤੁਸੀਂ ਕਿਹਾ ਮੈਂ ਡਾਂਸ ਸੁਣਾਊਂਗਾ ਨਹੀਂ ਮੈਂ ਡਾਂਸ ਕਰਨਾ ਕਿਹੜੇ ਗਾਣੇ ਤੇ ਤੁਹਾਡੇ ਗਾਣੇ ਤੇ ਤਾਰੇ ਮਾਰਦੇ ਸੁਨੇਹਾ ਜਿੱਤੇ ਜਿਹੜੇ ਕਦੋਂ ਕੱਢ ਦੋ ਹਾਂ ਹਾਂ ਗਾਣਾ ਗਾਣਾ ਘਰੇ ਮਾਰਦੇ ਵੀ ਚੋਲੇ ਹੋਣੇ ਜਿਹੜੇ ਕਦੋਂ ਆਣਗੇ ਸੁਨੇਹਾ ਜਿੱਤਾ ਤੇਰੇ ਅੱਛਾ ਹੁਣ ਮਤਲਬ ਵਿਚੋਲੇ ਗੇੜੇ ਮਾਰਨ ਡੇ ਆ ਵਿਚੋਲੇ ਵਿਚੋਲੇ ਮਾਰ ਰਹੇ ਗੇੜਾ ਹੱਲੇ ਤਾਂ ਨਹੀਂ ਕੀ ਕਹਿੰਦੇ ਨੇ ਵਿਚੋਲਾ ਅੱਛਾ ਹੱਲੇ ਨਹੀਂ ਵਿਚੋਲਾ ਆਇਆ ਕੋਈ ਨਹੀਂ ਕਦੋਂ ਕਰਾਉਣਾ ਵਿਆਹ 4 ਸਾਲ ਬਾਅਦ ਆ ਤੇਰੇ 2025 ਚ 2026 ਚ 2026 ਚ ਹਾਂਜੀ ਚਲੋ ਬਹੁਤ ਵਧੀਆ ਬੁਲਾਓਗੇ ਵਿਆਹ ਤੇ ਜ਼ਰੂਰ ਨੰਬਰ ਦੇ ਜੋ ਐ ਤੇਰੇ ਠੀਕ ਹੈ ਠੀਕ ਹੈ ਐ ਦਾਲ ਮੱਖਣੀ ਹੈ ਚਲੋ ਲਾਇਓ ਜੀ ਗਾਣਾ ਲਾਇਓ ਲਾਇਓ ਮੁੰਡਾ ਪਰਫਾਰਮ ਕਰੂਗਾ ਸਤਿਕਾਲ ਜੀ ਸਤਿਕਾਲ ਬਹੁਤ ਵਧੀਆ ਕੋਟ ਪਾਇਆ ਵਾਹ ਜੀ ਵਾਹ ਵਾਹ ਜੀ ਵਾਹ ਹੁਣ ਪਤਾ ਲੱਗਦਾ ਠੰਡ ਆਈ ਹੈ ਕੀ ਨਾਂ ਤੁਹਾਡਾ ਮੇਰਾ ਨਾਮ ਅਰਸ਼ਦੀਪ ਹੈ ਮਾਈਕ ਚ ਜੀ ਮਾਈਕ ਤਾਹਾਂ ਕਰ ਲਓ ਬਹੁਤ ਸੋਹਣਾ ਹਾਸਾ ਬ੍ਰਸ਼ ਕੀਤਾ ਬਹੁਤ ਵਧੀਆ ਕੀ ਨਾਂ ਹੈ ਜੀ ਅਰਸ਼ਦੀਪ ਅਰਸ਼ਦੀਪ ਜੀ ਕਿਹੜੀ ਕਲਾਸ ਚ ਪੜ੍ਹਦੇ ਹੋ ਜੀ ਮੈਂ ਬੀਐਡ ਫਸਟ ਸੈਮ ਵਿੱਚ ਹਾਂ ਬੀਐਡ ਹਾਂਜੀ ਓਕੇ ਓਕੇ ਟੀਚਰ ਬਣਨਾ ਚਾਹੁੰਦੇ ਹੋ ਹਾਂਜੀ ਕਿਹੜੇ ਸਬਜੈਕਟ ਦੇ ਜੀ ਜੀ ਸਾਇੰਸ ਮੈਥ ਸਾਇੰਸ ਐਂਡ ਮੈਥ ਓਕੇ ਸਕੂਲ ਦੇ ਵਿੱਚ ਹਾਂਜੀ ਚਲੋ ਮੈਨੂੰ ਸਕੂਲ ਚ ਪਾਤਾ ਘਰਦਿਆਂ ਨੇ ਠੀਕ ਹੈ ਜੀ ਤੁਸੀਂ ਮੈਥ ਵਾਲੇ ਮੈਮ ਹੋ ਮੈਂ ਜਵਾਕ ਹੈਗਾ ਚੌਥੀ ਦਾ ਜਾਂ ਚਲੋ ਛੇਵੀਂ ਦਾ ਤੁਸੀਂ ਭੁੱਲ ਜਾਓ ਵੀ ਰਵਨੀਤ ਹੈ ਠੀਕ ਹੈ ਤੁਸੀਂ ਸਕੂਲ ਦੇ ਵਿੱਚ ਪੜ੍ਹਾਉਣ ਲੱਗ ਗਏ ਮੈਂ ਪੰਜਵੀਂ ਛੇਵੀਂ ਦਾ ਜਵਾਕ ਹਾਂ ਮੈਂ ਬਹੁਤ ਸ਼ਰਾਰਤੀ ਹਾਂ ਘਰਦਿਆਂ ਨੇ ਕਿਹਾ ਵੀ ਇਹ ਸਾਡੇ ਹੱਥੋਂ ਬਾਹਰ ਹੈ ਮੈਡਮ ਜੀ
इनू डांटिया करो, झिड़किया करो, इनू बंदा बना दो। तुसी भुल जाना कि रवनीत है, कोई होस्ट है, कोई कलाकार है, कौन आया कौन नहीं आया। मैं थोड़ा स्टूडेंट है हुण जमा, ठीक है जी। तुसी क्लास च पढ़ाउणा, आपां छोटा जिहा एक्ट करांगे। कम इन, तुहानू क्या है? हाँ जी आ जाओ, बैठो, अपनी सीट पर बैठ जाओ। हाँ जी तुसी लेट क्यों आए? हाँ जी रवनीत तुहानू पुछ रही हूँ मैं, तुसी लेट क्यों आए? सॉरी मैं रीजन पूछा बच्चे। मैम होना? हाँ जी जाम लग गया सी। जाम लग गया सी? पेरेंट्स छड़न आए ने? नहीं कल्ले आए? नहीं नहीं बस बस च और भी सवारी है। इन्हें छोटे बच्चे ने बस च कल्ले ने भेज दिता? केयर ही नहीं करते करते। कोई नहीं मैं उन्हें ना गल करूंगी। तुसी होमवर्क कीता है? हाँ जी। अच्छा कॉपी दिखाओ, कड्डो बैग चो। दिखाओ। हैंडराइटिंग थोड़ी जी। कोई नहीं ज्यादा सारे पेजेस दूंगी ना तुहानू लिखण लई, हां जी रिपीट विच, फिर तुसी होर जाएगा ताडा थोड़ी हौली। मैं थोड़ा जुड़ा बहुत सोहना जी। थैंक यू। मेरे दीदी ने उन्हों का भी इदा ही होंगे जी घर, मम्मी उन्होंने बहुत प्यार करते हैं, मैंने तो बसे चढ़ाते हैं जी। कोई नहीं, कोई नहीं। हाँ जी मैडम जी। अच्छा तुम आ वाले समझ क्यों नहीं किए है अरेबिक दे? हाँ अरेबिक नहीं मैम, इंडियन कर दा जी मैं। ये दूजे मुल्क दे ना जी ता जी। अरेबियन मतलब कि ये क्वाड्रेटिक इक्वेशंस वाले ने। हाँ। मैं वो पूछ रही हूँ तुम ये क्यों नहीं किए? मैं तुम्हें कल समझाए थे कि एक्स की वैल्यूज पुट करनी ने। हाँ जी तो तुम किया क्यों नहीं? मैम एक्स की वैल्यू मैं पुट कीती है जी। किथे कीती है? मैम ध्यान ना देखो जी, तुस तो सम प्रोडक्ट वाला वो भी नहीं लाया हैगा फार्मूला इहदे च। हां वो फार्मूला रह गया। चलो कोई नहीं मैं तो क्लास विच दोबारा कराऊंगी। ठीक है मैम। तुहाडे पेरेंट्स नाल भी गल कीती जाएगी, तो अपनी डायरी प्लीज अपने मम्मा नूं चैक करा दिओ, मैं उत्ते नोट चाड़ दूंगी। बाकी लेट नहीं आना हैगा, अपने पेरेंट्स नूं कहना मैं कल्ले नहीं जाना हैगा। नहीं तो मैं किहदे नाल आया करां जी? स्कूल बस च आओ तुसीं। अच्छा जी स्कूल बसेस है ना? हाँ उधे भी चाओ बच्चे। ठीक है बाकी आता हम तुसी कीता नहीं, चलो कोई नहीं मैं लेक्चर स्टार्ट करूंगी तो तुसी देख लियो, फिर मैं नहीं समझ लगेगा तो पूछ लियो दोबारा। ठीक है गॉड ब्लेस यू। दूजे मैडम कितने दी? आजो जी आजो की परफॉर्म करोगे जी? ऐसी हिमाचली सॉन्ग प्रिपेयर किया है। ओके जी ओके। माए मेरी शिमले दिराहें चंबा कितनी क दूर आए, चंबा कितनी क दूर। हाँ जी शिमले नी वसना कसौली नी वसना, शिमले नी वसना कसौली नी वसना, चंबे जाना जरूर है, चंबे जाना जरूर। बुला दो। सत श्री अकाल जी। सत श्री अकाल जी। बुलाउंदे नहीं जे तुहाडे घरे परौणा आ जाए कोई? सत श्री अकाल बुलाया करो। हाँ जी सत श्री अकाल जी। सत श्री अकाल जी। की नाम जी? उर्वशी बावा। उर्वशी बावा जी कितों बिलोंग करते हो? लोकल होशियारपुर। होशियारपुर तो। थोड़ी हॉबीज की ने? टीचिंग करना एंड डांस करना। करो परफॉर्म, गुड लक जी। घर दे सारे फ्रेंड है नाल। किथे है जी? ओ खड़े आ। अच्छा ओ उथे ही पौणगे? हां जी। अच्छा तुसी इथे पौणगे ओ उथे पौणगे? हां जी। ओके ओके चलो ठीक है फिर, ये भी वधिया जी। अच्छा ओ आ गए जी, आ गए थोड़े फ्रेंड जी। आओ जी आओ आओ आओ, फ्रेंड तां डराउंदे होंदे ने। आओ आओ। सत श्री अकाल जी। सत श्री अकाल जी। सत श्री अकाल। सत श्री अकाल जी महाराज। महाराज धन पाक साडे जी, तुसी आए महाराज। ਦਿਓ ਜੀ ਮਾਈਕ ਜੀ ਇਹਨਾਂ ਨੂੰ, ਫਰੈਂਡ ਜੀ ਨੂੰ ਦਿਓ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਸਾਡੇ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਆਏ। ਬਹੁਤ ਧੰਨਵਾਦ ਮਹਾਰਾਜ, ਤੁਹਾਨੂੰ ਲੱਭੀ ਜਾਂਦਾ ਸੀ ਮੈਂ ਕਿੱਥੇ ਇਹਨਾਂ ਦੇ ਫਰੈਂਡ ਸਾਹਿਬ। ਬਹੁਤ ਵਧੀਆ। ਤੁਹਾਡਾ ਕੀ ਨਾਮ ਹੈ ਜੀ? ਨਵਜੋਤ ਕੌਰ। ਮੈਂ ਹੋਬੀਜ਼ ਕੀ ਹੈ ਤੁਹਾਡੀਆਂ? ਹੋਬੀਜ਼ ਕਰ ਤਾਂ ਸਾਰਾ ਕੁਝ ਹੀ ਲਈਦਾ ਤਕਰੀਬਨ, ਪਰ ਫਿਰ ਭੰਗੜਾ ਗਿੱਧਾ। ਕੋਰਸ ਕਿਹੜੇ ਕਿਹੜੇ ਜੁਆਇਨ ਕੀਤੇ ਤੁਸੀਂ? ਬੀਐਡ ਕੀਤਾ ਹੋਇਆ ਮੈਂ, ਕਰਦੀ ਪਈ ਕਰਦੀ ਪਈ। ਤੁਸੀਂ ਵੀ ਟੀਚਰ ਬਣਨਾ ਚਾਹੁੰਦੇ ਹੋ? ਗੁੱਡ ਲੱਕ ਤੁਹਾਨੂੰ, ਤੁਸੀਂ ਆਪਣੇ ਮੁਕਾਮ ਤੇ ਪਹੁੰਚੋ। ਹਾਂਜੀ ਥੈਂਕ ਯੂ। ਤੇ ਤੁਸੀਂ ਦੋਨਾਂ ਨੇ ਇਕੱਠਿਆਂ ਨੇ ਕਰਨਾ ਪਰਫਾਰਮ? ਹਾਂਜੀ ਹਾਂਜੀ। ਚੱਕ ਦੋ ਫਟੇ।
ਸ੍ਰੀਕਾਲ ਜੀ। ਸਤਿ ਸ੍ਰੀ ਅਕਾਲ। ਕੀ ਨਾਮ ਤੁਹਾਡਾ? ਚੇਤਨਦੀਪ ਕੌਰ। ਚੇਤਨ ਜੀ? ਹਾਂਜੀ। ਚੇਤਨਦੀਪ ਕੌਰ? ਹਾਂਜੀ। ਕਿੰਨੇ ਭੈਣ ਭਰਾ ਤੁਸੀਂ? ਸਿੰਗਲ ਡਾਟਰ ਆ। ਓਕੇ, ਬਹੁਤ ਵਧੀਆ। ਹਾਂਜੀ। ਪਰਿਵਾਰ 'ਚ ਹੋਰ ਕੌਣ ਕੌਣ ਜੀ? ਮੈਂ ਤੇ ਮੰਮਾ ਹੀ ਆ ਬਸ। ਓਕੇ, ਮਦਰ ਠੀਕ ਨੇ? ਹਾਂਜੀ। ਪਰਮਾਤਮਾ ਖੁਸ਼ ਰੱਖੇ, ਤੰਦਰੁਸਤ ਰੱਖੇ। ਤੁਸੀਂ ਦੋਨੋਂ ਹਮੇਸ਼ਾ ਚੜ੍ਹਦੀ ਕਲਾ 'ਚ ਰਹੋ। ਰਹਿੰਦੇ ਕਿੱਥੇ? ਹੁਸ਼ਿਆਰਪੁਰ ਤੋਂ ਹੀ ਸਰ, ਮਾਲਪੁਰ ਸਾਈਡ ਬਿਲੋਂਗ ਕਰਦੇ। ਮਾਲਪੁਰ, ਮਾਲਪੁਰ ਸਿੰਗੇਵਾਲ ਦੀ। ਓਕੇ ਓਕੇ ਓਕੇ, ਬਹੁਤ ਵਧੀਆ। ਖੁਸ਼ ਰੱਖੋ, ਖੁਸ਼ ਰੱਖੋ ਪਰਮਾਤਮਾ ਤੁਹਾਨੂੰ। ਤੁਸੀਂ ਆਪਣੇ ਮਾਤਾ ਜੀ ਨੂੰ ਵੀ ਖੁਸ਼ ਰੱਖਿਓ। ਸਰ ਬੋਲੀ ਗਾਣਾ ਚਾਹੁੰਦੀ। ਬੋਲੀ ਪਾਓ ਜੀ, ਬੋਲੀ ਪਾਓ। ਬਣਨਾ ਕੀ ਚਾਹੁੰਦੇ ਹੋ ਤੁਸੀਂ? ਫੋਰਨ ਜਾਣਾ ਹੈ। ਕਿਹੜੀ ਕੰਟਰੀ? ਆਸਟ੍ਰੇਲੀਆ। ਆਸਟ੍ਰੇਲੀਆ, ਪਹਿਲਾਂ ਗਿਆ ਕੋਈ ਉੱਥੇ? ਭੂਆ ਆ ਮੇਰੇ। ਭੂਆ ਜੀ? ਹਾਂਜੀ। ਭੂਆ ਜੀ ਹੈ ਨਾ, ਪਹਿਲਾਂ ਜਾਣਾ ਉਹਨਾਂ ਕੋਲ। ਪਹਿਲਾਂ ਤਾਂ ਜੀ ਲਾ ਲਓ। ਹਾਂਜੀ ਹਾਂਜੀ, ਤਾਂ ਹੀ ਏਅਰਪੋਰਟ ਤੇ ਲੈਣ ਆਉਣਗੇ। ਹਾਂਜੀ। ਕਿੱਥੇ ਨੇ ਭੂਆ ਜੀ? ਕਿਹੜੀ ਸਿਟੀ 'ਚ ਨੇ ਉੱਥੇ? ਇੱਦਾਂ ਨਹੀਂ ਪਤਾ। ਤੇ ਹੈ, ਜਾਣਾ ਕਿੱਥੇ ਹੈ? ਆਸਟ੍ਰੇਲੀਆ, ਜਿੱਥੇ ਮਰਜ਼ੀ ਲਾ ਲਓ। ਪੁੱਛਣਾ ਸੀ ਭੂਆ ਜੀ ਨੂੰ ਕਿੱਥੇ ਰਹਿੰਦੇ ਆ, ਗੱਲਬਾਤ ਨਹੀਂ ਹੁੰਦੀ? ਹੁੰਦੀ ਆ। ਓਕੇ ਓਕੇ, ਜਦੋਂ ਜਾਣਾ ਹੋਊਗਾ ਉਦੋਂ ਥੋੜੀ ਜ਼ਿਆਦਾ ਗੱਲਬਾਤ ਕਰਿਓ। ਠੀਕ ਹੈ, ਤਾਂ ਹੀ ਲੈਣ ਆਉਣਗੇ ਨਾ ਏਅਰਪੋਰਟ ਤੇ। ਹਾਂਜੀ ਹਾਂਜੀ, 5 ਦਿਨ ਰਹਿਣਾ ਵੀ ਉੱਥੇ। ਹਾਂਜੀ। ਓਕੇ, ਕਿੰਨੀਆਂ ਭੂਆ ਤੁਹਾਡੀਆਂ? ਇੱਕ ਹੀ ਆ। ਉਹ ਆਸਟ੍ਰੇਲੀਆ ਹੈ? ਹਾਂਜੀ। ਤੇ ਚਾਚੇ ਤਾਏ? ਉਹ ਇੱਕ ਕੋਲਕਾਤਾ ਹੈ, ਇੱਕ ਆਸਟ੍ਰੇਲੀਆ ਹੈ। ਅੱਛਾ, ਇੱਕ ਕੋਲਕਾਤਾ, ਇੱਕ ਆਸਟ੍ਰੇਲੀਆ, ਭੂਆ ਜੀ ਵੀ ਆਸਟ੍ਰੇਲੀਆ? ਹਾਂਜੀ। ਤੁਸੀਂ ਮਾਲਪੁਰ? ਹਾਂਜੀ। ਤੁਹਾਡੇ ਵਾਵਾ ਪਰਿਵਾਰ ਖਿੰਡਿਆ ਪਿੰਡਿਆ। ਬਹੁਤ ਵਧੀਆ, ਹਰੇਕ ਥਾਂ ਦੇ ਉੱਤੇ ਡੇਰੇ ਲੱਗੇ ਨੇ। ਹਾਂਜੀ। ਚਲੋ ਬਹੁਤ ਵਧੀਆ, ਸੁਣਾਓ ਬੋਲੀ ਪਾਉਣੀ ਹੈ? ਹਾਂਜੀ। ਪਾਓ ਜੀ ਪਾਓ, ਜ਼ਰੂਰ ਪਰਮਾਤਮਾ ਤੁਹਾਨੂੰ ਆਸਟ੍ਰੇਲੀਆ ਲੈ ਕੇ ਜਾਵੇ। ਆਸਟ੍ਰੇਲੀਆ ਹੀ ਕਿਉਂ ਜਾਣਾ ਹੈ? ਭੂਆ ਨਾ ਜਾਣਾ ਬਣਦੀ ਹੈ ਨਾ, ਤਾਂ ਕਰਕੇ। ਭੂਆ ਨਾ ਬਣਨੀ, ਭੂਆ ਬਾਹਰ ਗਈ ਹੈ। ਹਾਂਜੀ ਹਾਂਜੀ, ਚਲੋ ਬਹੁਤ ਵਧੀਆ। ਜਿਹਦੀ ਜਿਹਦੀ ਵੀ ਭੂਆ ਬਾਹਰ ਗਈ ਹੈ, ਭੂਆ ਨਾ ਬਣਾ ਕੇ ਰੱਖੋ, ਜਾਣਾ ਪੈਣਾ ਭੂਆ ਕੋਲ। ਹਾਂਜੀ। ਫੁੱਫੜ ਜੀ ਵੀ ਉੱਥੇ ਹੀ ਨੇ? ਹਾਂਜੀ। ਉਹਦੇ ਨਾਲ ਬਣਦੀ ਹੈ? ਹਾਂਜੀ। ਉਹਨਾਂ ਨਾਲ ਵੀ ਬਣਾ ਲਿਓ। ਠੀਕ ਹੈ। ਕਿਤੇ ਹਾਂ, ਕਿਤੇ ਭਾਈਆ ਰੁੱਸ ਗਿਆ ਤੁਹਾਡੇ ਡੈਡੀ ਦਾ, ਤੇ ਫਿਰ ਬੁਲਾਉਣਾ ਨਹੀਂ ਭੂਆ ਜੀ ਨੇ। ਸੁਣਾਓ ਫਿਰ, ਸੁਣਾਓ ਸ਼ਾਬਾਸ਼। ਮਖਮਲ ਵਰਗੀ ਚੱਟੀ ਵੇ ਮੈਂ ਤੋਰ ਤੇਰੀ ਨੇ ਪੱਟੀ, ਕੁਝ ਨਾ ਦੇਖਿਆ ਕੁਝ ਨਾ ਸੋਚਿਆ, ਤੋਰ ਤੇਰੀ ਤੇ ਮਰ ਗਈ, ਹਾਏ ਮਰ ਗਈ, ਮੈਨੂੰ ਇਸ਼ਕ ਪਰਾਂਠੀ ਚੜ ਗਈ ਓਏ, ਹਾਏ ਚੜ ਗਈ, ਮੈਨੂੰ ਇਸ਼ਕ ਪਰਾਂਠੀ ਚੜ ਗਈ ਓਏ, ਹਾਏ ਚੜ ਗਈ। ਥੈਂਕ ਯੂ ਸੋ ਮਚ, ਜ਼ਰੂਰ ਪਹੁੰਚੋ ਆਸਟ੍ਰੇਲੀਆ, ਚੜ੍ਹਦੀ ਕਲਾ 'ਚ ਰਹੋ। ਆ ਜਾਓ ਆ ਜਾਓ ਆ ਜਾਓ ਆ ਜਾਓ, ਇੱਕ 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 ਇੱਕ। ਅੱਛਾ, ਡਾਂਸ ਪਰਫਾਰਮ ਕਰਨਾ? ਸੌਂਗ। ਕੀ ਨਾਂ ਤੁਹਾਡਾ? ਪ੍ਰਿਆ। ਤੁਹਾਡਾ ਜੀ? ਸੰਦੀਪ ਕੌਰ। ਹਾਂਜੀ, ਮਗਰ ਇਹ ਤਾਂ ਜਾਗੋ ਵਾਂਗੂ ਆਈ ਜਾਂਦੀ ਹੈ। ਹਾਂਜੀ, ਪੰਜਾਂ ਨੇ ਗਾਉਣਾ ਗਾਣਾ? ਗਾਓ ਫਿਰ, ਹੌਲੀ ਹੌਲੀ ਰੇੜਦੀਆਂ ਹੀ ਆਈਆਂ। ਚਲੋ ਬਹੁਤ ਵਧੀਆ, ਸੁਣਾਓ, ਸ਼ਾਬਾਸ਼ ਸ਼ਾਬਾਸ਼। ਪੰਜਾਂ ਦੀ ਸ਼ਕਲ ਆ ਜਾਓ, ਪਿੱਛੇ ਰਹਿ ਨਾ ਜਾਵੇ ਵਿਚਾਰੀ। ਹਾਂ ਹਾਂ, ਲੋਕਾਂ ਨੇ ਕਹਿਣਾ ਸਾਡੀ ਭਾਣ ਜੀ ਆਈ ਨੀ। ਹਾਂ, ਬਹੁਤ ਵਧੀਆ। ਸੋਹਣੇ ਆਵੇ ਗੁੱਸਾ ਤੇਰਾ ਨੱਕ ਤੋਂ ਨੀ ਗਿਰਦਾ, ਸੋਹਣੇ ਆਵੇ ਗੁੱਸਾ ਤੇਰਾ ਨੱਕ ਤੋਂ ਨੀ ਗਿਰਦਾ, ਉਂਝ ਵੇ ਤੂੰ ਗਲੇ ਵਿੱਚ ਚਾਂਦੀ ਪਾਈ ਫਿਰਦਾ, ਦੁਵੇ ਤੂੰ ਗਲੇ ਵਿੱਚ ਚਾਂਦੀ ਪਾਈ ਫਿਰਦਾ, ਬੇਸੰਤ ਵੜਾ ਕਰੇ ਨਾਰਦਾ, ਕਰੇ ਨਾਰਦਾ, ਤੇਰੇ ਨਾਲ 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 ਚੱਲਾ, ਵੇ ਚਾਂਜਰੇ ਗਵਾਚ ਗਈ ਮੇਰੀ, ਗਵਾਚ ਗਈ ਮੇਰੀ, ਤੇਰੇ ਪਿੱਛੇ ਪਿੱਛੇ ਘੁੰਮਦੀ ਦੀ ਚੱਲਾ। ਚਲੋ ਜੀ, ਰੌਣਕਾਂ ਇੱਦਾਂ ਲੱਗਦੀਆਂ ਰਹਿਣਗੀਆਂ। ਰਿਆਤਨ 12 ਹੁਸ਼ਿਆਰਪੁਰ ਕੈਂਪਸ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕਿਤੇ ਨਹੀਂ ਜਾਣਾ, ਰਿਮੋਟ ਨੂੰ ਨਾ ਨਾ ਨਾ, ਰਿਮੋਟ ਨੂੰ ਹੱਥ ਨਹੀਂ ਲਾਉਣਾ ਬਾਈ ਜੀ, ਮਿਲਦੇ ਹਾਂ ਇੱਕ ਛੋਟੇ ਜਿਹੇ। ਚਲੋ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਤੁਹਾਡੇ ਆਪਣੇ ਫੇਵਰੇਟ ਸ਼ੋਅ ਕੰਟੀਨੀ ਮੰਡੀਰ ਦੇ ਵਿੱਚ। ਹੁਸ਼ਿਆਰਪੁਰ ਰੌਣਕਾਂ ਲੱਗੀਆਂ ਹੋਈਆਂ ਨੇ, ਬੱਚਿਆਂ 'ਚ ਬਹੁਤ ਟੈਲੈਂਟ ਹੈ ਇੱਥੋਂ ਦੇ। ਆਓ ਜੀ, ਆਓ ਆਓ ਆਓ। ਵਾਹ ਜੀ ਵਾਹ ਵਾਹ ਵਾਹ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ, ਤੇ ਠੀਕ ਹੈ? ਕਿੱਧਰ ਬੀਬੀਆਂ 'ਚ ਖੜਾ ਤੂੰ? ਬਹੁਤ ਵਧੀਆ ਬਹੁਤ ਵਧੀਆ, ਗੁਲਾਬ ਜਾਮਣਾ ਜਿਹਾ ਐਂ ਖੜਦੇ ਹੁੰਦੇ ਆ। ਹਾਂਜੀ ਹਾਂਜੀ, ਕਿਊਟ ਹੈ, ਕਿਊਟ ਹੈ ਤੂੰ, ਬਹੁਤ ਵਧੀਆ। ਥੈਂਕ ਯੂ ਭਾਜੀ। ਕੀ ਨਾਂ ਤੁਹਾਡਾ? ਸ਼ੁਭਮ। ਸ਼ੁਭਮ ਜੀ, ਹਾਂਜੀ, ਕਿੱਥੋਂ ਬਿਲੋਂਗ ਕਰਦੇ ਹੋ? ਇਹ ਹੁਸ਼ਿਆਰਪੁਰ ਲੋਕਲ ਹੀ ਆ, ਸਲਵਾੜਾ ਪਿੰਡ ਆ। ਅੱਛਾ, ਹਾਂਜੀ। ਪਰਿਵਾਰ 'ਚ ਕੌਣ ਕੌਣ? ਮੰਮੀ ਪਾਪਾ। ਕੀ ਕੰਮ ਕਰ ਤੁਹਾਡਾ? ਸ਼ੋਪ ਆ ਸਾਡੀ। ਲੱਗਦੀ ਮੈਨੂੰ ਦੁਕਾਨ ਤੋਂ ਪਤਾ ਲੱਗਦਾ, ਦੁਕਾਨ ਹੀ ਹੋਗੀ ਤੁਹਾਡੀ। ਫਰਟੀਲਾਈਜ਼ਰ ਦੀ? ਹਾਂਜੀ, ਫਰਟੀਲਾਈਜ਼ਰ। ਖਾਦ? ਹਾਂਜੀ ਖਾਦ। ਬੂਟਿਆਂ ਨੂੰ ਪਾਉਣਾ ਕਿ ਆਪ ਹੀ ਖਾਈ ਜਾਂਦਾ? ਨਹੀਂ ਨਹੀਂ, ਮੈਂ ਨਹੀਂ ਖਾਂਦਾ। ਚੱਲ ਵੇ, ਪਰ ਵਧੀਆ, ਬੰਦੇ ਤਗੜੇ ਹੋਣੇ ਚਾਹੀਦੇ। ਹਾਂਜੀ ਹਾਂਜੀ, ਖਾਂਦੇ ਪੀਂਦੇ ਘਰ ਦੇ ਆ, ਖਾਂਦੇ ਪੀਂਦੇ। ਮੇਰੀ ਝਖੜਾ ਏ, ਮੇਰੇ ਵਰਗਾ ਤਾਂ ਡਿੱਗ ਜਾਂਦਾ। ਹਾਂਜੀ ਭਾਜੀ, ਮੇਰੇ ਦੋਸਤ ਦਾ ਬਰਥਡੇ ਅੱਜ। ਅੱਛਾ, ਬੁਲਾਓ ਬੁਲਾਓ ਬਰਥਡੇ ਵਾਲਿਆਂ ਨੂੰ। ਓ ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ। ਹੈਪੀ ਬਰਥਡੇ, ਹੈਪੀ ਬਰਥਡੇ ਟੂ ਯੂ। ਧੰਨਵਾਦ ਭਾਈ, ਧੰਨਵਾਦ। ਓ ਵਾਹ, ਉਹਦਾ ਬੀਪੀ ਨਾ ਲੋ, ਅਜੇ ਵੀ ਪਾਰਟੀ ਦੇਣੀ ਪੈਣੀ ਹੈ। ਬਹੁਤ ਵਧੀਆ ਪਾਰਟੀ ਦੇ ਦਿੱਤੀ ਪਹਿਲਾਂ ਹੀ। ਬਹੁਤ ਵਧੀਆ ਬਹੁਤ ਵਧੀਆ। ਅੱਛਾ, ਕੀ ਕੰਬੀਨੇਸ਼ਨ ਹੈ ਫਰੈਂਡਸ ਆਪਸ ਦੇ ਵਿੱਚ? ਇੱਕ ਵਿਚਾਰੇ ਨੂੰ ਕੁਝ ਲੱਗਣ ਨਹੀਂ ਡਿਆ, ਇੱਕ ਵਿਚਾਰਾ ਛੱਡਦਾ ਹੀ ਕੁਝ ਨਹੀਂ।
ट्रांसफर ਹੁੰਦਾ ਵੇ ਉਧਰ ਨੂੰ ਟ੍ਰਾਂਸਫਰ ਹੁੰਦਾ ਭਾਈ ਖਾਈ ਇਹ ਜਾਂਦਾ ਲੱਗੀ ਉਧਰ ਜਾਂਦਾ ਬਹੁਤ ਵਧੀਆ ਬਹੁਤ ਵਧੀਆ ਯਾਰ ਵੀਰ ਇਹਨੂੰ ਵੀ ਦੇ ਦੇ ਕਰ ਖਾਣ ਨੂੰ ਕੁਛ ਹਾਂਜੀ ਭਾਈ ਕੀ ਨਾਮ ਤੁਹਾਡਾ ਗੁਰਕੀਰਤ ਸਿੰਘ ਬੰਗਾ ਗੁਰਕੀਰਤ ਸਿੰਘ ਬੰਗਾ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਮਾਲਪੁਰ ਮਾਲਪੁਰ ਕਿੰਨੇ ਸਾਲਾਂ ਦੇ ਹੋ ਗਏ 19 ਸਾਲਾਂ ਦੇ ਹੋ ਗਏ 19 ਦਾ ਲਾਇਸੈਂਸ ਬਣ ਗਿਆ ਹੋਣਾ ਫਿਰ ਤੇ ਨਹੀਂ ਨਹੀਂ ਬਣਾਇਆ ਹੀ ਨਹੀਂ ਲੋੜੇ ਹੀ ਨਹੀਂ ਅੱਛਾ ਲੋੜ ਹੀ ਨਹੀਂ ਬਥੇਰੀ ਜਾਣ ਪਛਾਣ ਪੁਲਿਸ ਚ ਬਹੁਤ ਜਾਣ ਪਛਾਣ ਪਤਾ ਕੀ ਚੱਕਰ ਹੈ ਜਦੋਂ ਬੰਦੇ ਦੀ ਐਡੀ ਤਗੜੀ ਸਿਹਤ ਹੋਵੇ ਨਾ ਤੁਹਾਨੂੰ ਲਾਇਸੈਂਸ ਬਣਾਉਣ ਦੀ ਜਮਾ ਲੋੜ ਦੀ ਯਾਰ ਪੁਲਿਸ ਸਾਰੇ ਡਰ ਜਾਂਦੇ ਨੇ ਬੰਦੇ ਤੋਂ ਤੁਹਾਨੂੰ ਨਹੀਂ ਲੋੜ ਇਹਦਾ ਬਣਾ ਦੋ ਵਿਚਾਰੇ ਦਾ ਇਹਨੂੰ ਦੇਖ ਕੇ ਵਿਚਾਰੇ ਨੂੰ ਮਾਊ ਜਿਹਾ ਚੜ੍ਹਦੀ ਗਲਾ ਚ ਰਹੋ ਖੁਸ਼ ਰਹੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਜੀ ਤੁਹਾਡਾ ਗਗਨਦੀਪ ਸੈਣੀ ਗਗਨਦੀਪ ਜੀ ਕਿੱਥੋਂ ਬਿਲੋਂਗ ਕਰਦੇ ਹੋ ਜੀ ਟਾਂਡਾ ਟਾਂਡੇ ਤੋਂ ਕਿੰਨਾ ਨੰਬਰ ਐਨਕਾਂ ਦਾ 2 ਅੱਛਾ ਪੜ੍ਹਨ ਵਾਲੇ ਜਵਾਕ ਹੋ ਹਾਂਜੀ ਹਾਂਜੀ ਕਿੰਨੇ ਪਰਸੈਂਟ ਨੰਬਰ ਆਏ ਪਹਿਲਾਂ ਹੁਣ ਕਿਹੜੀ ਕਲਾਸ 'ਚ ਤੁਸੀਂ ਬੀਟੈਕ ਲਾਸਟ ਈਅਰ ਅੱਛਾ ਪਿਛਲੇ ਜਿਹੜਾ ਇਸ ਤੋਂ ਪਿਛਲਾ ਸਾਲ ਸੀਗਾ ਉਹ ਮਨ ਕੋਵਿਡ ਨੇ ਕੱਢਤਾ ਹਾਂਜੀ ਅੱਛਾ ਪਾਸ ਹੋ ਗਏ ਹੋਵੋਗੇ ਹਾਂਜੀ ਬਿਲਕੁਲ ਫੇਰ ਐਨਕਾਂ ਕਿਵੇਂ ਲੱਗੀਆਂ ਪਹਿਲਾਂ ਦੀਆਂ ਲੱਗੀਆਂ ਹੋਈਆਂ ਕਦੋਂ ਦੀਆਂ 8th ਸਟੈਂਡਰਡ ਤੋਂ 8ਵੀਂ 'ਚ ਵੈਸੇ 10ਵੀਂ 'ਚ ਕਿੰਨੇ ਨੰਬਰ ਸੀ ਤੁਹਾਡੇ ਬੋਰਡ ਕਲਾਸ ਹੁੰਦੀ ਹੋ 82 82 ਹਾਂਜੀ ਬਹੁਤ ਜ਼ਿਆਦਾ ਚਲੋ ਪਰਿਵਾਰ 'ਚ ਕੌਣ ਕੌਣ ਤੁਹਾਡੇ ਮੇਰੇ ਮੰਮਾ ਪਾਪਾ ਦਾਦਾ ਜੀ ਤੇ 2 ਬ੍ਰਦਰ ਆ ਮੇਰੇ ਦਾਦਾ ਜੀ ਦਾ ਕੀ ਨਾਮ ਹੈ ਬਲਦੇਵ ਸਿੰਘ ਸਰਦਾਰ ਬਲਦੇਵ ਸਿੰਘ ਕੀ ਬਾਤ ਹੈ ਕਿੰਨੀ ਉਮਰ ਹੈ ਉਹਨਾਂ ਦੀ 75 ਚਲੋ ਪਰਮਾਤਮਾ ਲੰਬੀ ਉਮਰ ਦੇਵੇ ਚੰਗੀ ਸਿਹਤ ਦੇਵੇ ਉਹਨਾਂ ਨੂੰ ਜ਼ਰੂਰ ਮੇਰੇ ਵੱਲੋਂ ਤੁਸੀਂ ਮੱਥਾ ਟੇਕਦੇ ਹੋ ਜਾਂ ਜੱਫੀ ਪਾ ਦਿਓ ਠੀਕ ਹੈ ਜੀ ਜ਼ਰੂਰ ਕੀ ਸੁਣਾਓਗੇ ਮੈਂ ਸ਼ਾਇਰੀ ਸੁਣਾਉਂਗੀ ਹਾਂ ਹਾਂ ਉਹ ਰੱਬ ਇਨਸਾਨਾਂ 'ਚ ਲੱਭੀਦਾ ਪੱਥਰਾਂ 'ਚ ਨਹੀਂ ਮਾਪੇ ਘਰਾਂ 'ਚ ਸੋਹਣੇ ਲੱਗਦੇ ਆ ਆਸ਼ਰਮਾਂ 'ਚ ਨਹੀਂ ਬੱਲਿਆ ਮੁਨਾਫਾ ਵਪਾਰ 'ਚ ਦੇਖੀਦਾ ਯਾਰਾਂ 'ਚ ਨਹੀਂ ਸਹਾਰਾ ਭਾਈਆਂ ਦਾ ਹੁੰਦਾ ਬੇਗਾਨਿਆਂ ਦਾ ਨਹੀਂ ਚੁੰਨੀ ਸਿਰਾਂ 'ਤੇ ਸੌਂਦੀ ਹੈ ਗਲਾਂ 'ਚ ਨਹੀਂ ਪਿਆਰ ਰੂਹਾਂ ਦਾ ਹੁੰਦਾ ਜਿਸਮਾਂ ਦਾ ਨਹੀਂ ਝੂਠ ਬੋਲੀ ਨਾ ਘੱਟ ਤੋਲੀ ਨਾ ਦਗਾ ਕਿਸੇ ਨਾ ਮਨਾ ਕਮਾਈ ਨਾ ਪਾਰਟੀਆਂ ਲੀਰਾਂ 'ਚ ਵੀ ਕਈ ਅਮੀਰ ਹੁੰਦੇ ਹਾਸਾ ਕਿਸੇ ਦਾ ਕਦੇ ਉਡਾਈ ਨਾ ਹਾਸਾ ਕਿਸੇ ਦਾ ਕਦੇ ਉਡਾਈ ਬਹੁਤ ਵਧੀਆ ਚੜ੍ਹਦੀ ਕਲਾ ਚਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੜਾ ਵਧੀਆ ਪਾਇਆ ਜੀ ਇਹ ਤੇ ਥੈਂਕ ਯੂ ਇਹਨੂੰ ਕੀ ਕਹਿੰਦੇ ਆ ਜੀ ਇਹਨੂੰ ਕਹਿੰਦੇ ਆ ਜੈਕਟ ਹੀ ਇਹ ਕੋਈ ਵੀ ਕਹਿ ਲਓ ਅੱਛਾ ਉਹ ਦੁਕਾਨ ਤੇ ਦੇਖੀ ਤੇ ਆ ਦੇ ਹਾਂਜੀ ਸੋਹਣੀ ਲੱਗੀ ਬਸ ਬਹੁਤ ਵਧੀਆ ਕਿੱਥੋਂ ਲਈ ਆਏ ਹੁਸ਼ਿਆਰਪੁਰ ਹੁਸ਼ਿਆਰਪੁਰ ਬਹੁਤ ਵਧੀਆ ਬਹੁਤ ਸੋਹਣੀ ਲੱਗਦੀ ਹੈ ਤੁਹਾਡੇ ਥੈਂਕ ਯੂ ਗੋਡ ਬਲੈਸ ਯੂ ਖੁਸ਼ ਰਹੋ ਖੁਸ਼ ਰਹੋ ਤੁਹਾਡਾ ਕੀ ਨਾਮ ਜੀ ਸਰ ਜਸਮੀਤ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਸਰ ਮੈਂ ਮਾਲਪੁਰ ਤੋਂ ਮਾਲਪੁਰ ਤੋਂ ਕੀ ਕੀ ਸੁਣਾਓਗੇ ਸਰ ਕੁਝ ਵੀ ਸੁਣਾ ਦਾਂਗੇ ਤੁਸੀਂ ਦੱਸੋ ਜੋ ਤੁਸੀਂ ਸੁਣਾਉਣਾ ਚਾਹੁੰਦੇ ਸਰ ਪਹਿਲਾਂ ਤੁਸੀਂ ਗਾਣਾ ਸੁਣਾਓ ਮੈਂ ਤਾਂ ਨਾਲ ਨਾਲ ਸੁਣਾਈ ਹੋ ਜਾਣਾ ਨਹੀਂ ਨਹੀਂ ਤੁਸੀਂ ਸੁਣਾਓ ਸਰ ਕੋਈ ਵੀ ਸੁਣਾਓ ਆਪਣਾ ਫੇਵਰਿਟ ਤੁਸੀਂ ਫਿਰ ਨਾਲ ਨਾਲ ਗਾਇਓ ਹਾਂਜੀ ਠੀਕ ਹੈ ਸੋਹਣੇ ਆਵੇ ਗੁੱਸਾ ਤੇਰਾ ਨੱਕ ਤੋਂ ਨਹੀਂ ਗਿਰਦਾ ਜਿਵੇਂ ਤੂੰ ਗਲੇ ਵਿੱਚ ਚਾਂਦੀ ਪਾਈ ਫਿਰਦਾ ਵੇ ਦਿਲ ਬੜਾ ਕਰੇ ਨਾਰ ਦਾ ਤੇਰੇ ਨਾਲ 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 ਚੱਲਾਂ ਮੈਂ ਝਾਂਜਰੇ ਗਵਾਚ ਗਈ ਮੇਰੀ ਗਵਾਚ ਗਈ ਮੇਰੀ ਤੇਰੇ ਪਿੱਛੇ ਪਿੱਛੇ ਘੁੰਮਦੀ ਦੀ ਚੰਨਾ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਭੈਣ ਜੀ ਕੀ ਨਾਮ ਤੁਹਾਡਾ ਪ੍ਰਭਦੀਪ ਕੌਰ ਪ੍ਰਭਦੀਪ ਕੌਰ ਜੀ ਕਿੱਥੋਂ ਆਏ ਤੁਸੀਂ ਹੁਣ ਤਾਂ ਕਾਲਜ ਤੋਂ ਹੀ ਆਈ ਆ ਅੱਛਾ ਜੀ ਆਪਣੀ ਕਲਾਸ ਤੇ ਹੁਣ ਵੀ ਕਾਲਜ 'ਚ ਹੀ ਆ ਹਾਂਜੀ ਵੈਸੇ ਪਿੰਡ ਕਿਹੜਾ ਤੁਹਾਡਾ ਪਿੰਡ ਕਲਾਰਾ ਸ਼ਹਿਰ ਦਸੂਆ ਸ਼ਹਿਰ ਦਸੂਆ ਹਾਂਜੀ ਚਲੋ ਕੌਣ ਕੌਣ ਪਰਿਵਾਰ 'ਚ ਜੁਆਇੰਟ ਫੈਮਿਲੀ ਆ ਬਹੁਤ ਵਧੀਆ ਅੱਜ ਕੱਲ ਪਰਿਵਾਰ ਟੁੱਟਦੇ ਜ਼ਿਆਦਾ ਨੇ ਜੁਆਇੰਟ ਫੈਮਿਲੀ ਬਹੁਤ ਘੱਟ ਰਹਿ ਗਈਆਂ ਹਾਂਜੀ ਹਾਂਜੀ ਤੁਸੀਂ ਬੜੇ ਵਧਾਈ ਦੇ ਹੱਕਦਾਰ ਹੋ ਦੋ ਫਿਰ ਵਧਾਈਆਂ ਆ ਵਧਾਈਆਂ ਬਹੁਤ ਸਾਰੀਆਂ ਵਧਾਈਆਂ ਮਾਰੇ ਨਵੇਂ ਸਾਲ ਦੀਆਂ ਵੀ ਵਧਾਈਆਂ ਤੁਹਾਡੇ ਸਾਰੇ ਜੁਆਇੰਟ ਫੈਮਿਲੀ ਨੂੰ ਵਧਾਈਆਂ ਕੌਣ ਕੌਣ ਹੈ ਪਰਿਵਾਰ 'ਚ ਦਾਦਾ ਜੀ ਤਾਈ ਜੀ ਤਾਊ ਜੀ ਮੰਮਾ ਪਾਪਾ ਫਿਰ ਆਪਾਂ ਕਜ਼ਨ ਸਾਰੇ ਮਿਲਾ ਕੇ 6 ਜਾਣੇ ਤਿੰਨ ਭਰਾ ਤਿੰਨ ਭੈਣਾਂ ਅੱਛਾ ਤਿੰਨ ਭਰਾ ਤਿੰਨ ਭੈਣਾਂ ਹਾਂਜੀ 6 ਤੇ 5 11 ਕਿ ਜਣੇ ਹੋ ਗਏ ਹਾਂਜੀ ਹਾਂਜੀ ਬਹੁਤ ਵਧੀਆ ਸਵੇਰੇ ਕੀ ਖਾਧਾ ਅੱਜ ਸਵੇਰੇ ਰੋਟੀ ਖਾਧੀ ਸੀ ਕਿੰਨਾ ਖਾਧੀ ਸੀ ਕਿਹਦੇ ਨਾਲ ਖਾਧੀ ਕਿਹਦੇ ਨਾਲ ਖਾਧੀ ਰੋਟੀ ਗਾਜਰਾਂ ਨਾਲ ਖਾਧੀ ਸੀ ਗਾਜਰਾਂ ਨਾਲ ਖਾਧੀ ਸੀ ਅੱਛਾ ਅੱਛਾ ਰਾਤ ਜਿਹੜੇ ਗਾਜਰ ਮਟਰ ਬਣਾਏ ਸੀ ਉਹ ਸਵੇਰੇ ਫੇਰ ਰੱਖ ਲਏ ਨਹੀਂ ਨਹੀਂ ਸਵੇਰੇ ਬਣਾਈ ਸੀ ਸਵੇਰੇ ਫੇਰ ਲੈਦਾ ਬਣਾਈ ਸੀ ਰਾਤ ਕੀ ਖਾਧਾ ਫੇਰ ਰਾਤ ਖਾਧੀ ਨਹੀਂ ਸੀਗੀ ਅੱਛਾ ਰਾਤ ਨਹੀਂ ਖਾਧੀ ਨਹੀਂ ਨਹੀਂ ਜੁਆਇੰਟ ਫੈਮਿਲੀ ਹੈ ਨਾ ਨਹੀਂ ਨਹੀਂ ਕਾਲਜ ਤੋਂ ਜਦੋਂ ਮੈਂ ਲੇਟ ਹੋ ਜਾਂਦੀ ਹਾਂ ਨਾ 5:30 ਹੋ ਜਾਂਦੇ ਆ ਫਿਰ ਮੈਂ ਘਰ ਜਾ ਕੇ ਕਾਫੀ ਪੀਣੀ ਹੁੰਦੀ ਬਸ ਅੱਛਾ ਸਵੇਰੇ ਆਏ ਤੁਸੀਂ ਖਾ ਕੇ ਆਏ ਹੋ ਗਾਜਰ ਨਾਲ ਫੁਲਕੇ ਕਿੰਨੇ ਫੁਲਕੇ 2 2 ਫੁਲਕੇ ਹੁਣ ਦੁਪਹਿਰੇ ਫਿਰ ਲੰਚ ਵੀ ਲੈ ਕੇ ਆਉਨੇ ਹੋ ਹਾਂਜੀ ਲੰਚ ਲੈ ਕੇ ਆਉਂਦੇ ਆ ਕੀ ਖਾਦਾ ਅੱਜ ਅੱਜ ਗਾਜਰਾਂ ਹੀ ਪਾਈਆਂ ਸੀ ਫਿਰ ਮੰਮਾ ਨੇ ਜਿਹੜੀ ਸਵੇਰੇ ਰਾਤ ਦੀਆਂ ਗਾਜਰਾਂ ਤੁਰੀ ਜਾਣ ਦੀਆਂ ਰਾਤ ਦੀ ਥੋੜਨਾ ਗਾਜਰਾਂ ਸੀਗੀਆਂ ਸਵੇਰੇ ਬਣਾਈਆਂ ਸਵੇਰੇ ਗਾਜਰ ਸੀ ਦੁਪਹਿਰੇ ਵੀ ਗਾਜਰ ਸੀ ਰਾਤ ਨੂੰ ਅੱਜ ਕੀ ਹੈ ਰਾਤ ਨੂੰ ਘਰ ਜਾ ਕੇ ਪਤਾ ਲੱਗਣਾ ਮੰਮਾ ਹੋਰ ਕੀ ਬਣਾਇਆ ਓਕੇ ਓਕੇ ਚਲੋ ਬਹੁਤ ਵਧੀਆ ਜੇ ਗਾਜਰਾਂ ਹੋਈਆਂ ਜ਼ਰੂਰ ਖਾਇਓ ਨਹੀਂ ਕੀ ਸੁਣਾਓਗੇ ਮੈਂ ਗਾਣਾ ਸੁਣਾ ਦਿੰਦੀ ਸੁਣਾਓ ਜੀ ਸੁਣਾਓ
कहते हैं खुदा ने इस जहां में सभी के लिए किसी ना किसी को है बनाया हर किसी के लिए। तेरा मिलना है इस रब का इशारा, मानो मुझको बनाया तेरे जैसे ही किसी के। क्या कुछ तो है तुझसे राबता, कुछ तो है तुझसे राबता। ऐसा रंग लाई जेड़ा यार नू पसंद होवे वेखदे ही हो जे डावा डोलवे मर्जी रुपये ले ले रंग कोई खोलवे जिन मर्जी रुपये ले ले जे रंग कोई खोलवे जिन मर्जी रुपये ले ले शहर विच जाके एक चुन्नी मैं रंगाई आखे आले लारी आवे पक्का रंग लाई शहर विच जाके एक चुन्नी मैं रंगाई आखे आले लारी आवे पक्का रंग लाई ऐसा रंग लाई जेड़ा यार नू पसंद होवे वेखदे ही हो जे डावा डोलवे जिन मर्जी रुपये ले ले इहो जे रंग कोई खोलवे जिन मर्जी रुपये ले ले वे किने लिखे मम्मी ने लिखे यार बड़ा कैंट गाना एक और एक और बड़ा स्वाद आन दिया चलन दे काम ओ कहीं पे हो राते कहीं पे सवेरे ये आवारगी ही रही साथ मेरे ठहर जा ये कहती थी तेरी ही नजर क्या हाल हो गया है ये मेरा आँखें मेरी हर जगह ढूंढे तुझे बेवजह ये मैं हूँ या कोई और है मेरी तरह हो कैसे हुआ तू इतना जरूरी कैसे हुआ हो कैसे हुआ तू इतना जरूरी ਜੀ ਇਸ ਪਿਆਰੀ ਜੀ ਪਰਫਾਰਮੈਂਸ ਤੋਂ ਬਾਅਦ ਹੁਣ ਵਕਤ ਹੈ ਕਿ ਛੋਟੇ ਜਿਹੇ ਬ੍ਰੇਕ ਦਾ ਰਿਆਤ ਐਂਡ 12 ਹੁਸ਼ਿਆਰਪੁਰ ਕੈਂਪਸ ਰੌਣਕਾਂ ਲੱਗੀਆਂ ਰਹਿਣਗੀਆਂ ਮਿਲਦੇ ਆ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਫੇਵਰੇਟ ਸ਼ੋਅ ਕੰਟੀਨਿਊ ਮਟੀਰ ਹੁਸ਼ਿਆਰਪੁਰ ਚ ਰੌਣਕਾਂ ਲੱਗੀਆਂ ਹੋਈਆਂ ਨੇ ਰਿਆਤ ਐਂਡ 12 ਕੈਂਪਸ ਬਹੁਤ ਵਧੀਆ ਬੱਚੇ ਇੱਥੋਂ ਦੇ ਔਰ ਬਹੁਤ ਡਿਸਿਪਲਿਨਡ ਵੀ ਨੇ ਬੜੇ ਘੇਰੇ ਦੇ ਵਿੱਚ ਖੜੇ ਹੋਏ ਨੇ ਤੇ ਅਗਲੇ ਬੱਚੇ ਨੂੰ ਸੱਦਾ ਦਿੰਦੇ ਆ ਆਓ ਜੀ ਆਓ 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 ਮਹਾਂਪੁਰਸ਼ੋ ਆਓ 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 ਸਤਿ ਸ਼੍ਰੀ ਅਕਾਲ ਬੱਚੇ ਕਿਆ ਸਤਿ ਸ਼੍ਰੀ ਅਕਾਲ ਯਾਰ ਜਵਾਕ ਦੀ ਅੱਗੇ ਪਹਿਲਾਂ ਕਹਿੰਦੇ ਹੁੰਦੇ ਸਿਆਣੇ ਵੀ ਦੋ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਜੀ ਭਾਜੀ ਸਟਾਈਲ ਹੈ ਨਿਊ ਜਨਰੇਸ਼ਨ ਬਹੁਤ ਅੱਛੇ ਸਤਿ ਸ਼੍ਰੀ ਅਕਾਲ ਜੀ ਹੋਰ ਕਿੱਦਾਂ ਹਾਲ ਚਾਲ ਚੜ੍ਹਦੀ ਕਲਾ ਕੀ ਹੋਬੀਜ਼ ਨੇ ਤੁਹਾਡੀਆਂ ਬਹੁਤ ਸਾਰੀਆਂ ਆ ਕੀ ਕੀ ਸੁਣਾਓਗੇ ਕੀ ਪਰਫਾਰਮ ਕਰੋਗੇ ਢੋਲ ਦੀ ਬੀਟ ਤੇ ਭੰਗੜਾ ਪਾਉਣਾ ਢੋਲ ਦੀ ਬੀਟ ਤੇ ਭੰਗੜਾ ਪਾਉਣਾ ਇੱਥੇ ਪੜ੍ਹਦੇ ਕੀ ਹੋ ਲਾ ਕਰ ਰਹੀ ਹਾਂ ਲਾ ਕਰ ਰਹੇ ਹੋ ਪਰਿਵਾਰ 'ਚ ਕੌਣ ਕੌਣ ਤੁਹਾਡੇ ਮੰਮਾ ਪਾਪਾ ਸਿਸਟਰ ਟੂ ਬ੍ਰਦਰ ਓਕੇ ਸਾਰੇ ਠੀਕ ਠਾਕ ਹਾਂਜੀ ਘੁੰਮਣ ਫਿਰਨ ਦੇ ਸ਼ਕੀਨ ਹੈਗੇ ਹੋ ਵਾਲੇ ਕਿੱਥੇ ਕਿੱਥੇ ਗਏ ਹੋ ਸਾਰੇ ਗਾਇਆ ਮੈਂ ਨਰਲਾ ਹਾਂਜੀ
महापुरुष ही है भाई। और मैं क्या कितने कितने घूमन गए होंगे सारे ही गाया। फिर भी केड़ा केड़ा हिमाचल च गए हो घूमन? हाँ जी। कितने? हिमाचल जी गए हैं। हिमाचल का प्लेस नहीं पता कितने गए। थोड़ी पड़ी बड़े महापुरुष भी ना। नहीं हिमाचल तुसी जो गए अगे आओ तुहाडे नाल गलबात कर रही है पूरी। जो तुसी हिमाचल च गए कितने गए? हिमाचल च गए सड़क सड़क गए। सड़क सड़क तो गए पर सड़क कितने लैके गई थोनू के नहीं? हाँ जी प्लेस जितने जाना सीगा रेस्टोरेंट जी लिया पता नहीं प्लेस केड़ी सी नाइट रेस मेरे आ गए। थोनू पता नहीं लग्या भी गए कितने? हाँ जी हाँ जी फैमिली लैके गई सी फिर जी। अच्छा फैमिली जो फैमिली जाओ फिर पता लगता भी कितने? छोटे सीगे। अच्छा छोटे सी केड़ी क्लास सी? उदों रौनक लगिया पजारा आ रहा है। बहुत वादिया बहुत वादिया। हूँ बच्चे थोड़ा इगन लग गया भी अपने सीनियर आया कोई। चलो बहुत वादिया थोड़ा शो चढ़ती कला। चलो मैं थोड़े भी गलबात करता थोड़ा साइड से हो जाओ थोड़ा जहा शाबाज शाबाज। चलो इतने ही खड़े रहो आज बच्चे आज बहुत वादिया। हाए जी हाए हाए की ना जी थोड़ा वाह थैंक यू सो मच अंबिका जी बहुत वादिया थैंक यू सो मच बहुत शुक्र थैंक यू सो मच। खिंच दो जी फोटो बहुत सिर मत्थे थैंक यू सो मच। तुसी समा कढ़ के बहुत सोहना स्केच बनाया। वेलकम सर। किथे रहने हो? तलवाड़ा। परिवार च कौन कौन तुहाडे? पापा मम्मा मेरी भैन तुहाडी ओ वड्डी भैन ओ तुहाडा हर शो देखदी है। एक बार उहनूं हाय कह दो। हाय जी हाय। की नाम उहनां दा? हाय खुशी बोल दो। हाय खुशी बोल दो। खुशी मैं क्या ये किधर नाम है? हाय खुशी बोल दो। खुशी अच्छा खुशी जी हैलो जी थैंक यू सो मच। परमात्मा खुशी जी नूं ते खुशी जी दे परिवार नूं उहनां दी सिस्टर नूं खुश रखण सारा परिवार चढ़दी कला च रहे इहदे लई थैंक यू। ਬਾਦਸ਼ਾਹ ਕਿਤੇ ਜੱਟੀ ਦਾ ਵੀ ਪੁੱਛ ਲੈ ਤੂੰ ਆ ਕੇ ਹਾਲ ਵੇ ਤੂੰ ਵਿਆਹ ਨੂੰ ਦੱਸ ਕਰ ਦਾਨਿਕਾ ਤੋਂ ਕਾਲੀਆਂ ਵਿਆਹ ਨੂੰ ਦੱਸ ਕਰ ਦਾਨਿਕਾ ਤੋਂ ਕਾਲੀਆਂ ਵਾਲੀਆਂ ਹਾਂ ਵਾਲੀਆਂ ਕਰਾਰੇ ਜੱਟਾਂ ਵਾਲੀਆਂ ਹਾਂ ਵਾਲੀਆਂ ਕਰਾਰੇ ਜੱਟਾਂ ਵਾਲੀਆਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਵਾਹਿਗੁਰੂ ਵਾਹਿਗੁਰੂ ਕਿੱਥੋਂ ਆਏ ਤੁਸੀਂ ਕੀ ਸੁਣਾਓਗੇ? ਸਰ ਮੈਂ ਬੋਲੀਆਂ ਪਾਉਂਗੀ ਤੇ ਮੇਰੀਆਂ ਫਰੈਂਡਸ ਨੇ ਗਿੱਧਾ ਤਿਆਰ ਕੀਤਾ। ਪਾਓ ਪਾਓ ਬੋਲੀਆਂ ਪਾਓ ਗਿੱਧਾ। ਕਿੱਥੇ ਰੱਖਾਂ ਮੈਂ ਤੇਰੇ ਹਾਲ ਤੇ ਪੰਜਾਲੀ ਕਿੱਥੇ ਰੱਖਾਂ ਮੈਂ ਤੇਰੇ ਤੀਰ ਹਾਲੀਆਂ ਅਜੇ ਗਿੱਧੇ ਵਿੱਚ ਨੱਚੇ ਤੇਰੀ ਹੀ ਰਹਾਣੀਆਂ ਅਜੇ ਗਿੱਧੇ ਵਿੱਚ ਨੱਚੇ ਤੇਰੀ ਹੀ ਰਹਾਣੀਆਂ ਅਜੇ ਗਿੱਧੇ ਵਿੱਚ ਨੱਚੇ ਤੇਰੀ ਹੀ ਰਹਾਣੀਆਂ ਰਾਈ 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 ਰਸਤਾ ਛੋੜ ਦਿਓ ਹੀਰ ਮਚਾ ਜਣੇ ਆਈ ਰਸਤਾ ਛੋੜ ਦਿਓ ਹੀਰ ਮਚਾ ਜਣੇ ਆਈ ਰਸਤਾ ਛੋੜ ਦਿਓ ਹੀਰ ਮਚਾ ਜਣੇ ਆਈ ਰਸਤਾ ਛੋੜ ਦਿਓ। ਸਪੈਸ਼ਲ ਬਾਈ ਨੇ ਪਿੱਛੋਂ ਮੈਨੂੰ ਐ ਕੀਤਾ ਵੀ ਯਾਰ ਸ਼ੇਰ ਸੁਣਾਉਣਾ। ਕੀ ਨਾਮ ਹੈ ਤੁਹਾਡਾ? ਦਿਲਬਰ ਮਾਹੀ। ਦਿਲਬਰ ਮਾਹੀ ਨਾ ਯਾਰ
ਦਿਲਬਰ ਮਾਹੀਆ ਤੇਰੇ ਓਕੇ ਓਕੇ ਕੰਮ ਓਕੇ ਵਾਲ ਵੂਲ ਜੈਕਟ ਓਕੇ ਕੰਮ ਤੋੜੀਏ ਫੇ ਕੰਮ ਮੈਂ ਤੋੜ ਚੱਕ ਦੋ ਕੰਮ ਚਲੋ ਸ਼ਾਇਰੀ ਸ਼ਾਇਰੀ ਹਾਂਜੀ ਦਿਲਬਰ ਮਾਹੀ ਕਿਦਾ ਦਿਲਬਰ ਮਾਹੀ ਦੀ ਸ਼ਾਇਰੀ ਕਰਨਗੇ ਦਿਲਬਰ ਮਾਹੀ ਜੀ ਆਓ ਥੋੜਾ ਅੱਗੇ ਆਓ ਦਿਲਬਰ ਮਾਹੀ ਜੀ ਲਿਖ ਕੇ ਬੜਾ ਕੁਝ ਰੱਖਿਆ ਆਉਣ ਵਾਲੇ ਟਾਈਮ 'ਚ ਸੁਣਾਵਾਂਗੇ ਵਾਹ ਹੱਲੇ ਤਾਂ ਭੀੜ 'ਚ ਆ ਜਿਸ ਦਿਨ ਅੱਗੇ ਆ ਕੇ ਗਾਹ ਪੂਰਾ ਪਾਵਾਂਗੇ ਹਾਏ ਹਾਏ ਪਰਮਾਤਮਾ ਜ਼ਰੂਰ ਅੱਗੇ ਲੈ ਕੇ ਆਵੇ ਅਗਲਾ ਜੀ ਉਂਝ ਤਾਂ ਮੈਂ ਕਿਸੇ ਤੋਂ ਡਰਦਾ ਨਹੀਂ ਜਮਾ ਹੀ ਨਹੀਂ ਪਰ ਮੇਰੀ ਜਿੰਦ ਮੇਰੇ ਖੁਦ ਤੋਂ ਹੀ ਡਰੀ ਹੋਈ ਆ ਤੁਹਾਡੀ ਮੇਰੀ ਜਿੰਦ ਮੇਰੇ ਖੁਦ ਤੋਂ ਹੀ ਡਰੀ ਹੋਈ ਆ ਓਕੇ ਕੀ ਸੁਣਾਵਾਂ ਆਪਣੀ ਜ਼ਿੰਦਗੀ 'ਚੋਂ ਮੇਰੀ ਜ਼ਿੰਦਗੀ ਦੀ ਕਿਤਾਬ ਗਲਤੀਆਂ ਨਾਲ ਭਰੀ ਹੋਈ ਆ ਹਾਏ ਹਾਏ ਸੁਣਾਓ 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 ਬਾਤ ਹੋਰ ਆ ਜਾਓ ਇੱਕ ਹੋਰ ਕੋਈ ਵਧੀਆ ਆਪ ਲਿਖਿਆ ਚੱਕ ਦੋ ਫੱਟੇ ਫਿਰ ਤਾਂ ਹੋਰ ਵੀ ਲਿਖੇ ਹੋਣਗੇ ਗਿਆਰਵੀਂ ਦੇ ਵਿੱਚ ਹੋਇਆ ਸੀ ਪਿਆਰ ਉਹਦੇ ਪਿੱਛੇ ਲੱਗ ਛੱਡੇ ਸੀਗੇ ਖਾਸ ਖਾਸ ਯਾਰ ਵਾਹ ਦਿਲਬਰ ਕਰਦਾ ਉਡੀਕ ਨੀ ਮੈਂ ਉਹਦੀ ਕਾਲ ਦੀ ਉਹ ਗੈਰਾਂ ਨਾਲ ਖੁਸ਼ ਦੱਸੇ ਉਹਦੇ ਨਾਲ ਦੀ ਉਹਦੀ ਯਾਦ ਵਿੱਚ ਰੋ ਰੋ ਕੇ ਲਾਲ ਹੋਈਆਂ ਪਈਆਂ ਅੱਖਾਂ ਓਹੋ ਕਿੰਨਾ ਕੀਤਾ ਸੀ ਪਿਆਰ ਕਿੰਜ ਬੋਲ ਕੇ ਮੈਂ ਦੱਸਾਂ ਓਏ ਹੋਏ ਦਿਲਬਰ ਸਿਹਤ ਵੀ ਨੀ ਬਣਦੀ ਦਿਲਬਰ ਸੁਣਾਓ ਇੱਕ ਹੋਰ ਸੁਣਾਓ ਆਖਰੀ ਫਿਰ ਦਿਲਬਰ ਜੀ ਆਖਰੀ ਆਸ਼ਕ ਲੱਗਦਾ ਮੈਨੂੰ ਦਿਲਬਰ ਹੈ ਆਸ਼ਕ ਨਹੀਂ ਹੈ ਕੋਈ ਨੀ ਕੋਈ ਨੀ ਕੋਈ ਨੀ ਕੋਈ ਨੀ ਸੁਣਾਓ ਇੱਕ ਹੋਰ ਓਹ ਕੀ ਹੋ ਗਿਆ ਚੱਲ ਚੱਲ ਸ਼ਾਵਾ ਚੱਲ 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 ਤੋਰ ਰਹੀ ਮਸ਼ੀਨ ਉਹ ਦਿਲ ਦੀ ਕਾਲੀ ਸ਼ਕਲ ਉਹ ਸੋਹਣੀ ਆ ਮੇਰੇ ਨਾਲ ਤਾਂ ਟਾਈਮ ਪਾਸ ਕਰਦੀ ਸੀ ਉਹਦੇ ਨਾਲ ਵੀ ਇਹੀ ਕੁਝ ਕਰਦੀ ਹੋਣੀ ਆ ਆਹੋ ਦਿਲਬਰ ਹੋਰ ਆ ਚੱਕ ਦੇ ਫੱਟੇ ਦਿਲਬਰ ਦਿਲਬਰ ਕਰ ਦੇਣੀ ਆਪਾਂ ਮੈਂ ਪਹਿਲਾਂ ਕਹਿਣਾ ਚਾਹੁੰਦਾ ਜਿੱਦਾਂ ਅੱਜ ਕੱਲ੍ਹ ਦਾ ਪਿਆਰ ਆ ਹਨਾ ਉਹ ਗਲਤ ਰਿਲੇਸ਼ਨ ਵਿੱਚ ਆ ਕੇ ਕੁੜੀਆਂ ਨੂੰ ਧੋਖੇ ਮਿਲਦੇ ਆ ਮੁੰਡਿਆਂ ਨੂੰ ਤੇ ਉੱਤੇ ਬਹੁਤ ਸਿਆਣਾ ਦਿਲਬਰ ਤੇ ਉੱਤੇ ਕੁਛ ਲਿਖਿਆ ਸੀਗਾ ਉੱਤੇ ਕੁਛ ਲਿਖੀ ਸੀ ਗੱਲ ਤੇ ਮੈਂ ਪਹਿਲਾਂ ਕਹਿਣਾ ਚਾਹੁੰਦਾ ਕੁੜੀਆਂ ਜਾਂ ਭਰਾ ਮੇਰੇ ਗੁੱਸਾ ਨਾ ਕਰਿਓ ਕਹਿੰਦਾ ਅੱਜ ਕੱਲ੍ਹ ਦੀਆਂ ਨਾਰਾਂ ਪਾਉਂਦੀਆਂ ਬਗਾਰਾਂ ਮੁੰਡੇ ਕਿਹੜਾ ਘੱਟ ਜਿਸਮਾਂ ਦਾ ਕਰ ਦੇ ਸ਼ਿਕਾਰ ਜਦੋਂ ਥਾਣਿਆਂ 'ਚ ਹੁੰਦੀ ਆ ਰਿਪੋਰਟ ਸੁਣਦਾ ਨਹੀਂ ਕੋਈ ਕਿਉਂ ਬੈਠੀ ਸਾਡੀ ਚੁੱਪ ਸਰਕਾਰ ਕੁੜੀਆਂ ਨੂੰ ਰਿਹਾ ਨਹੀਂ ਉਹ ਹੋਸ਼ ਪਾਉਂਦੇ ਆਪ ਛੋਟੇ ਛੋਟੇ ਕੱਪੜੇ 'ਤੇ ਦਿੰਦੇ ਮੁੰਡਿਆਂ ਨੂੰ ਦੋਸ਼ ਜਿਵੇਂ ਹਰ ਕੁੜੀ ਹੁੰਦੀ ਨਹੀਂ ਉਹ ਸੇਮ ਕਿਉਂ ਹਰ ਮੁੰਡੇ 'ਤੇ ਤੁਸੀਂ ਕਰਦੇ ਬਲੇਮ ਸ਼ਿਕਾਰੀ 307 ਸਾਡਾ ਵੱਜਦਾ ਗਰੁੱਪ ਜਿਹੜੇ ਛੇੜਦੇ ਸੀ ਕੁੜੀਆਂ ਉਹ ਵੀ ਕਰਵਾ ਦਿੱਤੇ ਚੁੱਪ ਵਾਹਿਗੁਰੂ ਬੜੇ ਹੱਕ ਸੀ ਦਵਾਏ ਸੁਣਾਓ 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 ਮੈਂ ਮੋਢੇ ਘੁੱਟਦਾ ਸਾਹਿਬ ਦੇ ਬੜੇ ਕੁੜੀਆਂ ਨੂੰ ਹੱਕ ਸੀ ਦਵਾਏ ਜਿਹੜੇ ਛੇੜਦੇ ਸੀ ਕੁੜੀਆਂ ਅੱਗੇ ਅੱਗੇ ਸੀ ਭਜਾਏ ਚੱਕ ਦੋ ਕੰਮ ਧੰਨਵਾਦ ਵਾਹ 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 ਬਹੁਤ ਵਧੀਆ ਰੌਣਕਾਂ ਲਾਈਆਂ ਦਿਲਬਰ ਦਿਲਬਰ ਹਾਂ ਦਿਲਬਰ 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 ਪਹੁੰਚਾ ਦਿਲਬਰ ਜੀ ਬਹੁਤ ਵਧੀਆ ਦਿਲਬਰ ਨੇ ਰੌਣਕਾਂ ਲਾਈਆਂ ਜੀ ਹੁਣ ਰਿਆਤ ਨੇ 12 ਗਰੁੱਪ ਦੇ ਇਸ ਕਾਲਜ ਦੇ ਨੌਜਵਾਨ ਇੱਧਰ ਮੇਰੇ ਭਰਾ ਖੜੇ ਨੇ 5 ਇਹ ਕਹਿੰਦੇ ਜੀ ਭੰਗੜਾ ਪਾਉਣਾ ਸੋ ਗੁੱਡ ਲੱਕ ਜੀ ਇਹਨਾਂ ਨੂੰ ਵਧੀਆ ਬਹੁਤ ਐਨਰਜੀ ਵਾਲਾ ਭੰਗੜਾ ਪਾਇਆ ਮੇਰੇ ਭਰਾਵਾਂ ਨੇ ਤੁਸੀਂ ਕਿਤਨਾ ਜਾਇਓ ਹੁਣ ਵਕਤ ਆਏ ਕਿ ਛੋਟੇ ਜੇ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਤੁਹਾਡੇ ਆਪਣੇ ਫੇਵਰੇਟ ਸ਼ੋਅ ਕੰਟੀਨਿਊ ਮੰਡੀਰ ਦੇ ਵਿੱਚ ਰਿਆਤਨ 12 ਕੈਂਪਸ ਹੁਸ਼ਿਆਰਪੁਰ ਬੱਚੇ ਬਹੁਤ ਟੈਲੈਂਟਡ ਐਨਰਜੈਟਿਕ ਔਰ ਬੱਚਿਆਂ ਦੇ ਵਿੱਚ ਬਹੁਤ ਵਧੀਆ ਡਿਸਿਪਲਿਨ ਔਰ ਇਹ ਕੁੱਟ ਕੁੱਟ ਕੇ ਭਰਿਆ ਇੱਥੋਂ ਦੇ ਸਟਾਫ ਮੈਂਬਰਸ ਨਾਲ ਔਰ ਫੈਕਲਟੀ ਮੈਂਬਰਸ ਮੇਰੇ ਨਾਲ ਖੜੀ ਹੈ ਜੀ ਉਸ ਤੋਂ ਪਹਿਲਾਂ ਡਾਇਰੈਕਟਰ ਸਾਹਿਬ ਵੀ ਬਹੁਤ ਵਧੀਆ ਕੋਰਟ ਦੇ ਵਿੱਚ ਖੜੇ ਨੇ ਸੋ ਮਿੱਟੀ ਰੰਗਾ ਕੋਟ ਹੈ ਅਤੇ ਸਰ ਦੇ ਨਾਲ ਗੱਲਬਾਤ ਕਰਦੇ ਹਾਂ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਬਹੁਤ ਵਧੀਆ ਕੋਟ ਬਹੁਤ ਵਧੀਆ ਪਰਸਨੈਲਿਟੀ ਤੁਹਾਡੀ ਬਿਲਕੁਲ ਤੁਹਾਡੇ ਵਰਗੀ ਤੁਸੀਂ ਮੇਰੇ ਤੋਂ ਜ਼ਿਆਦਾ ਵਧੀਆ ਪਰਸਨੈਲਿਟੀ ਸਰ ਕਦੋਂ ਤੁਸੀਂ ਜੁਆਇਨ ਕੀਤਾ ਜੀ ਇਸ ਕਾਲਜ 'ਚ ਬਤੌਰ ਡਾਇਰੈਕਟਰ ਜੀ ਮੈਂ 2009 ਦੇ ਵਿੱਚ ਆਇਆ ਸੀ ਐਜ਼ ਏ ਅਸਿਸਟੈਂਟ ਪ੍ਰੋਫੈਸਰ ਓਕੇ ਜੀ ਫਿਰ ਵਿਦ ਆਲ ਮਾਈ ਹਾਰਡ ਵਰਕ ਐਂਡ ਆਲ
तो आई वॉज एलिवेटेड टू द कैंपस डायरेक्टर इन द ईयर 2017 2017 एंटरटेनमेंट वाला भी हार्डवर्क भी सारी चीज़ा सगिया जिन्हों ने मैनू इस पोजिशन तक पहुँचाया बहुत वधिया अज्ज दे यूथ दे विच मैं समझदा कई बार सने मैनू ही लै लो तुसीं खराब बहुत घट गया पेशेंस जिहड़ी चीज़ घट गई ਉਹਦੇ ਬਾਰੇ ਤੁਹਾਡੇ ਕੀ ਵਿਚਾਰ ਰਹੇ ਨੇ ਵਿਚਾਰ ਨੇ ਤੇ ਨਾਲ ਇੱਕ ਯੂਥ ਨੂੰ ਜ਼ਰੂਰ ਸੁਨੇਹਾ ਦਿਓ ਜੀ ਅੱਜ ਕੱਲ ਦੇ ਸਮੇਂ ਦੇ ਵਿੱਚ ਦ ਇੰਪੋਰਟੈਂਟ ਇਜ਼ ਹਾਊ ਯੂ ਟੇਕ ਦੀ ਡਿਸੀਜਨਸ ਇਨ ਯੋਰ ਲਾਈਫ ਜੋ ਮੇਰੇ ਹਿਸਾਬ ਨਾਲ ਆ ਯੂਜ਼ਲੀ ਆਪਾਂ ਜਿਹੜੇ ਡਿਸੀਜਨਸ ਲੈਨੇ ਆ ਉਹ ਲੈਨੇ ਆ ਆਪਣੀ ਪਸੰਦ ਦੇ ਹਿਸਾਬ ਦੇ ਨਾਲ ਹਾਂਜੀ ਨਾ ਕਿ ਕੀ ਸਹੀ ਆ ਜਾਂ ਕੀ ਗਲਤ ਆ ਸੋ ਜੋ ਵੀ ਡਿਸੀਜਨ ਲੈਣਾ ਤੁਸੀਂ ਬੜਾ ਸੋਚ ਸਮਝ ਕੇ ਆਪਣੀ ਲਾਈਫ ਦੇ ਉੱਤੇ ਆਪਣੇ ਕੈਰੀਅਰ ਦੇ ਉੱਤੇ ਜਿਹੜਾ ਵੀ ਡਿਸੀਜਨ ਲੈਣਾ ਉਹ ਇਹ ਸੋਚ ਕੇ ਲੈਣਾ ਕੀ ਸਹੀ ਆ ਜਾਂ ਕੀ ਗਲਤ ਆ ਨਾ ਕੀ ਪਸੰਦ ਆ ਯੂਜ਼ਲੀ ਆਪਾਂ ਡਿਸੀਜਨ ਮੈਕਸੀਮਮ ਡਿਸੀਜਨ ਲੈਂਦੇ ਹਾਂ ਆਪਣੀ ਪਸੰਦ ਦੇ ਹਿਸਾਬ ਦੇ ਨਾਲ ਅਤੇ ਮੈਂ ਹਮੇਸ਼ਾ ਐਗਜ਼ਾਮਪਲ ਵੀ ਦਿੰਦਾ ਜੀ ਡਾਇਬਟੀਜ਼ ਦਾ ਕੋਈ ਮਰੀਜ਼ ਆ ਉਹਨੂੰ ਪਤਾ ਹੈ ਕਿ ਲੱਡੂ ਨਹੀਂ ਖਾਣਾ ਚਾਹੀਦਾ ਪਰ ਉਹ ਲੱਡੂ ਖਾ ਲੈਂਦਾ ਕਿਉਂਕਿ ਉਹਨੂੰ ਪਸੰਦ ਆ ਜੋ ਕਿ ਉਹਦੇ ਲਈ ਉਹ ਸਹੀ ਨਹੀਂ ਹੈ ਸੋ ਡਿਸੀਜ਼ਨ ਕੀ ਸੀਗਾ ਸਹੀ ਕਿ ਲੱਡੂ ਨਹੀਂ ਖਾਣਾ ਔਰ ਬੱਚੇ ਬਹੁਤ ਸਿੱਖਦੇ ਨੇ ਤੁਸੀਂ ਏਦਾਂ ਹੀ ਬੱਚਿਆਂ ਨੂੰ ਸਿਖਾਉਂਦੇ ਰਹੋ ਇਹਨਾਂ ਨੂੰ ਚੰਗੇ ਰਾਹ ਤੇ ਪਾਉਂਦੇ ਰਹੋ ਇਹੀ ਮੇਰੇ ਵੱਲੋਂ ਤੁਹਾਨੂੰ ਇੱਕ ਗੁਜ਼ਾਰਿਸ਼ ਹੈ ਜੀ ਦੋਵੇਂ ਹੱਥ ਬੰਨ ਕੇ ਥੈਂਕ ਯੂ ਸੋ ਮੱਚ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਸੋ ਬੱਚੋ ਕਿਸ ਤਰ੍ਹਾਂ ਦਾ ਰਿਹਾ ਅੱਜ ਦਾ ਪ੍ਰੋਗਰਾਮ ਔਰ ਇਹਨਾਂ ਦੀ ਸਾਰੀ ਐਂਕਰਿੰਗ ਅੱਜ ਮੈਂ ਗੱਲ ਕਰ ਥੈਂਕ ਯੂ ਸੋ ਮੱਚ ਥੈਂਕ ਯੂ ਤੁਸੀਂ ਆਏ ਸਾਡੇ ਕੈਂਪਸ ਦੇ ਵਿੱਚ ਆਈ ਐਮ ਰੀਅਲੀ ਗ੍ਰੇਟਫੁਲ ਟੂ ਯੂ ਐਂਡ ਟੂ ਯੋਰ ਟੀਮ ਬਹੁਤ ਸ਼ੁਕਰੀਆ ਤੁਸੀਂ ਆ ਕੇ ਇੱਥੇ ਇੰਨਾ ਵਧੀਆ ਮਾਹੌਲ ਕ੍ਰੀਏਟ ਕੀਤਾ ਸੋ ਗ੍ਰੇਟ ਯੂ ਆਰ ਡੂਇੰਗ ਵੈਲ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਸਰ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਓਵਰ ਟੂ ਮੈਮ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਮ ਤੁਹਾਡਾ ਕੀ ਸ਼ੁਭ ਨਾਮ ਜੀ ਮੇਰਾ ਨਾਮ ਡਾਕਟਰ ਕੁਲਦੀਪ ਵਾਲੀਆ ਹੈ ਓਕੇ ਜੀ ਮੈਮ ਮੈਂ ਇੱਥੇ ਐਸੋਸੀਏਟ ਪ੍ਰੋਫੈਸਰ ਇੰਗਲਿਸ਼ ਦੇ ਹਾਂਜੀ ਔਰ ਇਸ ਤੋਂ ਇਲਾਵਾ ਮੈਂ ਰੀਜਨਲ ਹੈਡ ਹੁਸ਼ਿਆਰਪੁਰ ਵੀ ਹਾਂ ਓਕੇ ਜੀ ਔਰ ਐਡਮਿਸ਼ਨਸ ਰਿਲੇਟਿਡ ਜਿੰਨਾ ਵੀ ਕੰਮ ਹੈ ਹੁਸ਼ਿਆਰਪੁਰ ਦਾ ਉਹ ਮੈਂ ਕਰ ਰਹੀ ਹਾਂ ਆਪਣੀ ਟੀਮ ਦੇ ਨਾਲ ਚਲੋ ਬਹੁਤ ਵਧੀਆ ਕਿੰਨੇ ਸਾਲਾਂ ਤੋਂ ਇਸੇ ਕੈਂਪਸ ਦੇ ਨਾਲ ਹੋ ਜੀ ਡੇ 1 ਤੋਂ ਜੀ ਅੱਛਾ ਜੀ ਇਹ ਕੈਂਪਸ 2008 ਵਿੱਚ ਇਹਦੀ ਫਾਊਂਡੇਸ਼ਨ ਰੱਖੀ ਗਈ ਸੀ ਓਕੇ ਜੀ ਔਰ ਸਾਡੇ ਚੋਂ ਬਹੁਤ ਸਾਰੇ ਇਦਾਂ ਦੇ ਮੈਂਬਰਸ ਆ ਜਿਹੜੇ ਡੇ 1 ਤੋਂ ਇਸ ਕੈਂਪਸ ਦੇ ਨਾਲ ਐਸੋਸੀਏਟਿਡ ਨੇ ਔਰ ਮੈਂ ਉਹਨਾਂ ਚੋਂ ਇੱਕ ਹਾਂ ਸਰ ਉਹਨਾਂ ਚੋਂ ਇੱਕ ਨੇ ਬਹੁਤ ਵਧੀਆ 2008 ਤੋਂ ਅਸੀਂ ਇੱਥੇ ਹੀ ਹਾਂ ਚਲੋ ਬਹੁਤ ਵਧੀਆ ਦਿਲੋਂ ਅਰਦਾਸ ਪ੍ਰਮਾਤਮਾ ਅੱਗੇ ਪਰਿਵਾਰ ਹਮੇਸ਼ਾ ਹੀ ਚੜ੍ਹਦੀ ਕਲਾ ਚ ਰਵੇ ਤੁਹਾਡੇ ਜਿਹੜਾ ਕਾਲਜ ਦਾ ਪਰਿਵਾਰ ਹੈ ਤੁਸੀਂ ਆਪਣੇ ਆਪ ਦੇ ਵਿੱਚ ਇੱਕ ਪਰਿਵਾਰ ਹੋ ਤੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ਮੈਮ ਬੱਚੇ ਇੱਥੋਂ ਦੇ ਪੜ੍ਹ ਕੇ ਅਫਸਰ ਲੱਗਣ ਚੰਗੇ ਏਮ ਦੇ ਉੱਤੇ ਪਹੁੰਚਣ ਹਾਂਜੀ ਤੇ ਤੁਹਾਨੂੰ ਯਾਦ ਕਰਨ ਹਮੇਸ਼ਾ ਹੀ ਤੁਸੀਂ ਆਪ ਕਿੱਥੋਂ ਪੜ੍ਹੇ ਜੀ ਮੈਂ ਹੁਸ਼ਿਆਰਪੁਰ ਨੇ ਬਿਲੋਂਗ ਕਰਦੀ ਹਾਂ ਜੀ ਓਕੇ ਜੀ ਹਾਂ ਗਵਰਨਮੈਂਟ ਕਾਲਜ ਹੁਸ਼ਿਆਰਪੁਰ ਤੋਂ ਮੇਰੀ ਜਿਹੜੀ ਐਜੂਕੇਸ਼ਨ ਹੋਈ ਹੈ ਓਕੇ ਬਹੁਤ ਵਧੀਆ ਮਾਸਟਰਸ ਹਾਂਜੀ ਉਸ ਤੋਂ ਬਾਅਦ ਮੈਂ ਆਪਣੀ ਪੀਐਚਡੀ ਜਿਹੜੀ ਦੇਸ਼ਭਗਤ ਯੂਨੀਵਰਸਿਟੀ ਗੋਬਿੰਦਗੜ੍ਹ ਤੋਂ ਕੀਤੀ ਹੈ ਮੰਡੀ ਗੋਬਿੰਦਗੜ੍ਹ ਤੋਂ ਹਾਂਜੀ ਥੈਂਕ ਯੂ ਸੋ ਮੱਚ ਤੁਹਾਡੇ ਬਹੁਤ ਵਧੀਆ ਸ਼ਬਦ ਲੱਗੇ ਥੈਂਕ ਯੂ ਸੋ ਮੱਚ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਮੀਨਲ ਹੈ ਮੀਨਲ ਹਾਂਜੀ ਕੀ ਮਤਲਬ ਹੈ ਜੀ ਇਸ ਨਾਮ ਦਾ ਮੀਨਲ ਦਾ ਮਤਲਬ ਮੱਛਲੀ ਹੁੰਦਾ ਹੈ ਮੱਛਲੀ ਜੀ ਹਾਂਜੀ ਜੋ ਜਲ ਕੀ ਰਾਣੀ ਹੈ ਹਾਂਜੀ ਚਲੋ ਬਹੁਤ ਵਧੀਆ ਕਿੱਥੋਂ ਬਿਲੋਂਗ ਕਰਦੇ ਹੋ ਜੀ ਮੈਂ ਹੁਸ਼ਿਆਰਪੁਰ ਤੋਂ ਬਿਲੋਂਗ ਕਰਦੀ ਓਕੇ ਕੌਣ ਕੌਣ ਜੀ ਤੁਹਾਡੇ ਪਰਿਵਾਰ 'ਚ ਮੇਰੇ ਹਸਬੈਂਡ ਹੈ ਇੱਕ ਬੇਟੀ ਹੈ ਤੇ ਮਦਰ ਇਨ ਲਾ ਫਾਦਰ ਇਨ ਲਾ ਹੈ ਓਕੇ ਜੀ ਸਰ ਕੀ ਕਰਦੇ ਨੇ ਜੀ ਉਹ ਸੌਫਟਵੇਅਰ ਇੰਜੀਨੀਅਰ ਹੈ ਚਲੋ ਬਹੁਤ ਵਧੀਆ ਉਹਨਾਂ ਦਾ ਕੀ ਨਾਮ ਹੈ ਕਮਲ ਕਿਸ਼ੋਰ ਕਮਲ ਕਿਸ਼ੋਰ ਵਾਹ ਤੁਸੀਂ ਮੱਛਲੀ ਉਹ ਫੁੱਲ ਹਾਂਜੀ ਕਮਲ ਹੋ ਗਿਆ ਨਾ ਜੀ ਹਾਂਜੀ ਕੀ ਜੋੜੀ ਬਣਾਈ ਹੈ ਜੀ ਬਾਬਾ ਜੀ ਚੜ੍ਹਦੀ ਕਲਾ 'ਚ ਰੱਖਣ ਤੁਸੀਂ ਕੀ ਪੜਾਉਂਦੇ ਹੋ ਜੀ ਮੈਂ ਇੱਥੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਦੇ ਰਿਗਾਰਡਿੰਗ ਸਬਜੈਕਟ ਪੜ੍ਹਾਉਂਦੀ ਹਾਂ ਚਲੋ ਬਹੁਤ ਵਧੀਆ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ ਜੀ ਮੈਮ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮੱਚ ਤੁਸੀਂ ਬਹੁਤ ਕੋਆਪਰੇਟ ਵੀ ਕੀਤਾ ਤੇ ਇਸ ਸ਼ੋਅ ਨੂੰ ਜਿੱਥੇ ਵਧੀਆ ਸ਼ੂਟ ਹੋਇਆ ਤੁਹਾਡਾ ਬਹੁਤ ਸਿਹਰਾ ਜਾਂਦਾ ਤੁਹਾਡੇ ਵੱਲ ਥੈਂਕ ਯੂ ਸੋ ਮੱਚ ਮੈਂ ਦੇਖ ਰਿਹਾ ਸੀਗਾ ਜਿਵੇਂ ਤੁਸੀਂ ਕੋਆਰਡੀਨੇਟ ਕਰ ਰਹੇ ਸੀ ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ ਤੁਹਾਡਾ ਸ਼ੁਭ ਨਾਮ ਜੀ ਮੇਰਾ ਮਨਪ੍ਰੀਤ ਪਾਟਿਆ ਓਕੇ ਪਾਟਿਆ ਮੈਮ ਤੁਸੀਂ ਕੀ ਪੜਾਉਂਦੇ ਹੋ ਜੀ ਬਤੌਰ ਕੀ ਸੇਵਾ ਕਰਦੇ ਹੋ ਮੈਂ ਐਜੂਕੇਸ਼ਨ ਕਾਲਜ ਆ ਓਕੇ ਜੀ ਹਾਂਜੀ ਤੇ ਕਿੰਨੇ ਚਿਰ ਤੋਂ ਇਸੇ ਕਾਲਜ ਦੇ ਨਾਲ 2008 ਚ 2008
ਕੀ ਨਾਮ ਹੈ ਜੀ ਛੋਟੇ ਬੇਟੇ ਦਾ ਸਕਸ਼ਮ ਭਵਿਆ ਸਕਸ਼ਮ ਭਵਿਆ ਭਵਿਆ ਦੋਨਾਂ ਦਾ ਨਾਮ ਹੋ ਗਿਆ ਜੀ ਨਹੀਂ ਲੜਕਾ ਸਕਸ਼ਮ ਲੜਕਾ ਭਵਿਆ ਲੜਕੀ ਅੱਛਾ ਹਾਂ ਉਹੀ ਦੋਨਾਂ ਹੋ ਗਿਆ ਨਾ ਜੀ ਹਾਂਜੀ ਹਾਂਜੀ ਸਕਸ਼ਮ ਤੇ ਭਵਿਆ ਨੂੰ ਬਹੁਤ ਸਾਰਾ ਪਿਆਰ ਥੈਂਕ ਯੂ ਸੋ ਮਚ ਇਦਾਂ ਹੀ ਪਿਆਰ ਕਰਦੇ ਰਹੋ ਛੋਟਿਆਂ ਦੇ ਪਿਆਰ ਦੇ ਨਾਲ ਤੇ ਵੱਡਿਆਂ ਦੇ ਆਸ਼ੀਰਵਾਦ ਦੇ ਨਾਲ ਹੀ ਦਾਲ ਫੁਲਕਾ ਚੱਲੀ ਜਾਂਦਾ ਹੈ ਇਦਾਂ ਹੀ ਥੈਂਕ ਯੂ ਸੋ ਮਚ ਤੁਹਾਡਾ ਬਹੁਤ ਸਾਰਾ ਧੰਨਵਾਦ ਤੁਸੀਂ ਬੱਚਿਆਂ ਨੂੰ ਮੇਰੇ ਕੋਲ ਪਿਆਰ ਕਰਿਓ ਥੈਂਕ ਯੂ ਵੈਰੀ ਮਚ ਸਰ ਜਰੂਰ ਸਰ ਸਾਡੇ ਵੀ ਹੁੰਨੇ ਬੱਚਿਆਂ ਨੂੰ ਯੈਸ ਸਰ ਚਲੋ ਹਾਂਜੀ ਥੋੜਾ ਥੋੜਾ ਜ਼ਰੂਰੀ ਹੈ ਜ਼ਰੂਰੀ ਹੈ ਬਿਲਕੁਲ ਬਿਲਕੁਲ ਹਾਂਜੀ ਸਰ ਬਹੁਤ ਤੁਹਾਡੇ ਬੱਚੇ ਚੜ੍ਹਦੀ ਕਲਾ ਚ ਰਹਿਣ ਖੁਸ਼ ਰਹਿਣ ਤੁਹਾਡਾ ਨਾਮ ਰੋਸ਼ਨ ਕਰ ਥੈਂਕ ਯੂ ਸਰ ਥੈਂਕ ਯੂ ਹੋਵੇ ਜੀ ਨਹੀਂ ਸਰ ਥੈਂਕ ਯੂ ਥੈਂਕ ਯੂ ਸੋ ਮਚ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਐਂਡ ਕਾ ਸਿਰ ਦੇ ਉੱਤੇ ਲਾਈਆਂ ਜੀ ਬਹੁਤ ਵਧੀਆ ਬਹੁਤ ਕੀ ਨਾਮ ਜੀ ਤੁਹਾਡਾ ਚੰਦਨਦੀਪ ਚੰਦਨ ਜੀ ਤੁਸੀਂ ਕੀ ਪੜਾਉਨੇ ਹੋ ਜੀ ਮੈਂ ਕੰਪਿਊਟਰ ਸਾਇੰਸ ਡਿਪਾਰਟਮੈਂਟ ਦੀ ਅਸਿਸਟੈਂਟ ਪ੍ਰੋਫੈਸਰ ਓਕੇ ਜੀ ਕਿੱਥੋਂ ਜੀ ਹੁਸ਼ਿਆਰਪੁਰ ਹੁਸ਼ਿਆਰਪੁਰ ਹਾਂਜੀ ਤੁਸੀਂ ਕੁਝ ਸੁਣਾਉਣਾ ਹੋਵੇ ਮੈਂ ਨਹੀਂ ਬਟ ਮੇਰੇ ਨਿਊ ਫਕਿਲ ਦੀ ਮੈਂਬਰ ਮੈਮ ਨੇ ਇਹਨਾਂ ਨੇ ਗਾਣਾ ਸੁਣਾਉਣਾ ਹੈ ਬਹੁਤ ਅੱਛੇ ਸਿੰਗਰ ਆ ਸ਼ਵੀ ਮੈਮ ਆਓ ਜੀ ਆਓ 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 ਬਹੁਤ ਵਧੀਆ ਤੁਹਾਡਾ ਕੀ ਨਾਮ ਜੀ ਛਵੀ ਗੌਤਮ ਛਵੀ ਜੀ ਵਾਹ ਜੀ ਵਾਹ ਜ਼ਰੂਰ ਤੁਸੀਂ ਛਵੀ ਛੱਡ ਕੇ ਜਾਓਗੇ ਮੈਨੂੰ ਪਤਾ ਵਧੀਆ ਗਾਓਗੇ ਤੇ ਕੀ ਪੜਾਉਨੇ ਕੀ ਹੋ ਕੰਪਿਊਟਰ ਸਾਇੰਸ ਡਿਪਾਰਟਮੈਂਟ ਮੇ ਹੋ ਅਸਿਸਟੈਂਟ ਪ੍ਰੋਫੈਸਰ ਚਲੋ ਬਹੁਤ ਵਧੀਆ ਆਪ ਕਿੱਥੋਂ ਪੜੇ ਬੇਅੰਤ ਕਾਲਜ ਗੁਰਦਾਸਪੁਰ ਸੇ ਬੀਟੈਕ ਕੀਆ ਹਾਂਜੀ ਉਹ ਚੌਂਕ ਜੇ ਦੇ ਨਾਲ ਹੀ ਸੱਜੇ ਪਾਸੇ ਉਹੀ ਹੈ ਨਾ ਜੀ ਨਹੀਂ ਨਹੀਂ ਹਾਂਜੀ ਬਾਰ ਕੀ ਸਾਈਡ ਹੈ ਗੁਰਦਾਸਪੁਰ ਸੇ ਬਾਰ ਕੀ ਸਾਈਡ ਹੈ ਹਾਂਜੀ ਹਾਂਜੀ ਉਹੀ ਸੜਕ ਦੇ ਉੱਤੇ ਬੇਅੰਤ ਡਿਗਰੀ ਕਾਲਜ ਹਾਂ ਮੇਨ ਰੋਡ ਤੇ ਹਾਂਜੀ ਹਾਂਜੀ ਤੁਸੀਂ ਫਿਰ ਦੂਜੇ ਪਾਸੇ ਆਉਂਦੇ ਹੋਵੋਗੇ ਮੈਂ ਇਧਰੋਂ ਨਹੀਂ ਗਿਆ ਜੀ ਚਲੋ ਠੀਕ ਹੈ ਜੀ ਤੁਸੀਂ ਉਦੋਂ ਵੀ ਜਦੋਂ ਪੜ੍ਹਦੇ ਸੀ ਉਦੋਂ ਕਲਚਰਲ ਐਕਟੀਵਿਟੀਜ਼ ਵਾਲੇ ਪਾਸੇ ਸੀਗੇ ਤੁਸੀਂ ਜ਼ਿਆਦਾ ਨਹੀਂ ਮਤਲਬ ਵੈਸੇ ਲਾਈਕ ਕਲਾਸ ਵੀ ਐਸੇ ਮਤਲਬ ਜ਼ਿਆਦਾ ਜਦੋਂ ਕਲਾਸ ਟੀਚਰ ਕਹਿੰਦੇ ਸੀ ਵੀ ਕੌਣ ਬੱਚਾ ਗਾਣਾ ਸੁਣਾਏਗਾ ਤਾਂ ਛਵੀ ਮੈਮ ਸਭ ਤੋਂ ਪਹਿਲਾਂ ਸੀ ਸੁਣਾਓ ਜੀ ਜ਼ਰੂਰ ਅਸੀਂ ਸੁਣਨਾ ਚਾਹਾਂਗੇ ਯੇ ਮੋਹ ਮੋਹ ਕੀ ਧਾਗੇ ਤੇਰੀ ਉਂਗਲੀਓਂ ਸੇ ਚਾ ਉਲਝੇ ਕੋਈ ਟੋਹ ਟੋਹ ਨਾ ਲਾਗੇ ਕਿਸ ਤਰ੍ਹਾਂ ਗਿਰਹਾਈ ਸੁਲਝੇ हे रोम रोम एक तारा हे रोम रोम एक तारा जो बादलों में से गुजरे ये मोह मोह की धागे तेरी उंगलियों से जा उलझे कोई टोह टोह ना लागे ਕਿਸੇ ਤਰ੍ਹਾਂ ਗਿਰਹਾਈ ਸੁਲਝੇ ਥੈਂਕ ਯੂ ਸੋ ਮਚ ਜੀ ਥੈਂਕ ਯੂ ਸੋ ਮਚ ਛਵੀ ਮੈਮ ਥੈਂਕ ਯੂ ਸੋ ਮਚ ਚੜ੍ਹਦੀ ਕਲਾ 'ਚ ਰਹੋ ਜੀ ਗੋਡ ਬਲੈਸ ਯੂ ਇੱਧਰੋਂ ਵੀ ਸੁਣਾਉਣਾ ਸੀਗਾ ਜੀ ਕਿਸੇ ਕਿਨਾਂ ਨੇ ਆਜੋ ਜੀ ਆਜੋ ਮੈਮ ਆਜੋ ਜੀ ਆਜੋ ਅੱਗੇ ਆਓ ਜੀ ਅੱਗੇ ਆਓ ਜੀ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਮੈਮ ਤੁਹਾਡਾ ਕੀ ਨਾਮ ਹੈ ਜੀ ਸੁਪਿੰਦਰ ਕੌਰ ਸੁਪਿੰਦਰ ਤੁਸੀਂ ਕੀ ਸੁਣਾਓਗੇ ਮੈਮ ਅਸੀਂ ਤਾਂ ਗਾਉਣ ਅਸੀਂ ਤਾਂ ਲੇਡੀ ਸੰਗੀਤ ਵਾਲੇ ਗਾਤੇ ਜ਼ਰੂਰ ਚੱਕ ਲੇਡੀ ਸੰਗੀਤ ਹੀ ਹੈ ਜੀ ਬਸ ਸੁਣਾ ਦਿਓ ਜੀ ਸੁਣਾ ਦਿਓ ਮੱਥਣ ਤੇ ਸੰਧੂਰ ਰੰਗ ਮਾਈਏ ਦਾ ਮੱਕਣ ਤੇ ਸੰਧੂਰ ਰੰਗ ਮਾਈਏ ਦਾ ਇੱਕ ਮੇਰੀ ਸੱਸ ਨੀ ਬੁਰੀ ਸੱਸ ਨੀ ਬੁਰੀ ਸੱਤ ਮੰਮੀ ਜੀ ਅਖਵਾਵੇ ਸੱਤ ਆਖਿਆ ਨਾ ਜਾ ਮੂੰਹੋਂ ਬੁੜੀਏ ਨਿਕਲ ਜਾਵੇ ਰੰਗ ਮਾਈਏ ਦਾ ਮੱਕਣ ਤੇ ਸੰਧੂਰ ਰੰਗ ਮਾਈਏ ਦਾ ਇੱਕ ਮੇਰਾ ਸਾਰਾ ਨੀ ਬੁਰਾ ਸਾਰਾ ਨੀ ਬੁਰਾ ਸਾਤੋਂ ਡੈਡੀ ਜੀ ਅਖਵਾਵੇ ਸਾਤੋਂ ਆਖਿਆ ਨਾ ਜਾਵੇ ਮੂੰਹੋਂ ਬੁੜਿਆ ਨਿਕਲ ਜਾ ਰੰਗ ਮਾਈਏ ਦਾ ਸ਼ਾਵਾ ਰੰਗ ਮਾਈਏ ਦਾ ਪ੍ਰਿੰਸੀਪਲ ਸਰ ਥੋੜ੍ਹੇ ਜਿਹੇ ਲੇਟ ਹੋ ਗਏ ਸੀਗੇ ਅਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅੱਛਾ ਜੀ ਸੋਰੀ ਸਰ ਬਹੁਤ ਵਧੀਆ ਕੰਬੀਨੇਸ਼ਨ ਟਾਈ ਦਾ ਪੱਗ ਦਾ ਕੋਟ ਦਾ ਬਹੁਤ ਵਧੀਆ ਪਰਸਨੈਲਿਟੀ ਤੁਹਾਡੀ ਤੇ ਪਰਮਾਤਮਾ ਨਹੀਂ ਬਹੁਤ ਵਧੀਆ ਹਾਂਜੀ ਦੱਸੋ ਇਹ ਕਦੋਂ ਤੋਂ ਇਸ ਕਾਲਜ ਨਾਲ ਜੁੜੇ ਹੋ ਜੀ ਮੈਂ 2010 ਤੋਂ ਆਇਆ ਓਕੇ ਜੀ ਘਰ ਪਰਿਵਾਰ ਸਾਰੇ ਠੀਕ ਠਾਕ ਜੀ ਬਹੁਤ ਵਧੀਆ ਕੋਈ ਯੂਥ ਨੂੰ ਸੁਨੇਹਾ ਦੇਣਾ ਹੋਵੇ ਜੀ ਇੱਕ ਯੂਥ ਨੂੰ ਇਹ ਹੈ ਕਿ ਇੰਜੋਏ ਕਰੋ ਪਰ ਫੋਕਸਡ ਰਹੋ ਬਿਲਕੁਲ ਕਿ ਜੋ ਕਰਨ ਆਏ ਆ ਉਹ ਅਚੀਵ ਕਰਕੇ ਜਾਓ ਬਹੁਤ ਤਾਂ ਮਾਂ ਪਿਓ ਦਾ ਸੁਪਨਾ ਪੂਰਾ ਕਰੋ ਥੈਂਕ ਯੂ ਸੋ ਮਚ ਬਹੁਤ ਚੰਗਾ ਸੁਨੇਹਾ ਬਹੁਤ ਵਧੀਆ ਲੱਗਿਆ ਸਾਰਿਆਂ ਨਾਲ ਗੱਲਬਾਤ ਕਰਕੇ ਫੈਕਲਟੀ ਮੈਂਬਰਸ ਦੇ ਨਾਲ ਗੱਲਬਾਤ ਕੀਤੀ ਮੈਡਮ ਤੋਂ ਅਸੀਂ ਗਾਣਾ ਸੁਣਿਆ ਡਾਇਰੈਕਟਰ ਸਰ ਨੇ ਬਹੁਤ ਵਧੀਆ ਮੈਸੇਜ ਦਿੱਤਾ ਅਤੇ ਜਾਣ ਤੋਂ ਪਹਿਲਾਂ ਇਸ ਕੈਂਪਸ ਦੇ ਵਿੱਚ ਅਰੁਣਾਚਲ ਪ੍ਰਦੇਸ਼ ਦੇ ਬੱਚੇ ਨੇ ਜੋ ਫੋਕ ਅਰੁਣਾਚਲ ਕਾ ਫੋਕ ਪੇਸ਼ ਕਰਨੇ ਜਾਏਗੇ ਹਿੰਦੀ ਬੋਲਣੀ ਹੈ ਆਹ ਵਾਹ ਵਾਹ ਬਹੁਤ ਕਿਊਟ ਬੱਚੇ ਆਏ ਹੈ ਵਾਹ ਜੀ ਵਾਹ 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 ਹੈਲੋ ਜੀ ਸਤਿ ਸ਼੍ਰੀ ਅਕਾਲ ਉਹ ਬੱਲੇ ਸਤਿ ਸ਼੍ਰੀ ਅਕਾਲ ਜੀ ਇਹ ਤਾਂ ਹੁਸ਼ਿਆਰਪੁਰ ਵਾਲੇ ਹੋ ਗਏ ਹੁਣ ਤਾਂ ਚਲੋ ਠੀਕ ਹੈ ਕਿਆ ਨਾਮ ਹੈ ਆਪਕਾ ਬਿਆ ਬੰਗਰਿੰਦੀਆ ਇੱਕ ਮਿੰਟ ਹੌਲੀ ਹੌਲੀ ਸਲੋ ਸਲੋ ਕਿਆ ਨਾਮ ਹੈ ਬਿਆ ਬੰਗ ਬਿਆ ਬੰਗ ਬਿਆ ਬਨ ਹਾਂ ਬਿਆ ਬੰਗ ਬਿਆ ਬਨ ਨਹੀਂ ਬਿਆ ਬਨ ਬਿਆ ਬਨ ਬਿਆ ਬੰਗ ਬੰਗ ਅੱਛਾ ਬੰਗ ਅੱਛਾ ਬਿਆ ਬੰਗ ਆਗੇ
रिनिया रिनिया वाह जी वाह, बहुत अच्छा नाम है। कि इसका मतलब क्या है ब्याबंग इसका? ये हमारा सरनेम है ब्याबंग। अच्छा, रिनिया मेरी नाम है। रिनिया आपका नाम है जी, बहुत अच्छे। कहाँ? अरुणाचल से। हाँ जी। अरुणाचल में कौन सी सिटी से? ईटानगर। ईटानगर आई थिंक उसकी कैपिटल है ये। हाँ जी, कैपिटल है। हाँ हाँ, बहुत अच्छे। घर में सारे ठीक ठाक? हाँ जी हाँ। कौन कौन है आपकी फैमिली में? दीदी भैया है और सारे है। सारे ठीक ठाक है। हाँ जी। चलो बहुत देखो खुश ने बच्चे इतने हुशियारपुर के आके इन दूरों। सत श्री अकाल पाजी। सत श्री अकाल भैन जी, बहुत बढ़िया भैन जी। थैंक यू जी। जरा तुझे सत श्री अकाल कही है ना। हाँ जी। ए, मतलब नजारा आ गया है। जैसे पंजाब में सत श्री अकाल कहते हैं, अरुणाचल में विश किस क्या कहते हैं? It's like Paya Lincho. Hi, hello. It's common. Paya Lincho. हाँ जी, Paya Lincho. Paya Lincho. No, no, no. It's Paya Lincho. अच्छा, Paya Lincho. Paya Lincho. हाँ जी. Paya Lincho जी. सत श्री अकाल जी. Paya Lincho जी. आपका क्या नाम है जी? Osinam. 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 इसका क्या meaning है जी? I don't know. It's just my name. बस मैं क्या है? आपके घर वाले सारे ठीक? हाँ जी, सभी ठीक। घर वालों को सभी को हेलो हाय कहना मेरा। ओके, पक्का। पक्का? हाँ जी, चलो, पक्का। चलो, जब जब मैं आया ईटानगर तो आपसे जरूर मिलूंगा। ओके। गॉड ब्लेस। अरुणाचल में क्या क्या घूमने वाला है आपकी स्टेट में? बहुत सारे वहाँ पे टूरिस्ट प्लेस बहुत ज्यादा है। चलो, ये मैं इनसे पूछूंगा। ओके। थैंक यू। सत श्री अकाल। ओ सत श्री अकाल जी, सत श्री अकाल जी। मैं थोड़ी बहुत नर्वस हूँ। नर्वस नहीं होना है। हाँ जी, मेरा मेरा नाम है थिरिंग ज़ोंबा। हाँ जी। थिरिंग इट मींस मैं एक्चुअली ना बुद्धिस्ट से बिलोंग करती हूँ, अरुणाचल से। ओके जी। हमारा अरुणाचल में काफी सारा सब ट्राइब्स होता है, मोर देन 17। ओके। तो ये निशी ट्राइब से बिलोंग करते हैं ये सभी यहाँ, और मैं अकेली हूँ जो मोनपा ट्राइब से बिलोंग करते हैं, जिन्हों हम बुद्धिस्ट को मानते हैं जनरली। तो मेरा नाम है थिरिंग ज़ोंबा, दैट मींस थिरिंग ज़ोंबा। हाँ जी। ओके ओके। आपको इसका वो भी बताना है मीनिंग भी? ए मैंने मिलाया की समझ में आ गया। आप पूछ रहे हो ना? हाँ हाँ, जरूर जरूर। तो मेरा नाम का मतलब है थिरिंग, दैट मींस लॉन्ग लाइफ इन बुद्धिस्ट, एंड ज़ोंबा मींस ऐसा होता ना, सबके साथ घुल मिल जाना इजीली, दैट इज माय मीनिंग। बहुत बहुत अच्छा नाम, बहुत अच्छा नाम। गॉड ब्लेस यू। आपके घर वाले सारे ठीक जी? हां, सभी ठीक है। अरुणाचल में कौन-कौन सी प्लेसेस हैं जी घूमने वाली? हाँ, काफी सारी हैं। आपको मैं वेलकम भी करती हूँ। जरूर जरूर। अगर आप आएंगे तो हमें पक्का 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 पक्का। वहाँ पे काफी सारी जगह हैं टूरिस्ट प्लेस, जैसे कि आप जानते होंगे तवांग, विच इज वन ऑफ द, हाँ काफी अच्छा है वहाँ का टूरिस्ट प्लेस। और काफी सारी जीरो, आपने सुना भी होगा शायद जीरो, एंड और भी काफी सारे, नमसाई डिस्ट्रिक्ट, वहाँ पे काफी सारी टूरिस्ट प्लेस है। आप अगर आते हैं तो जरूर आइएगा। जरूर आऊंगा, जरूर आऊंगा। थैंक यू सो मच। थैंक यू। आगे दीजिए जी माइक। हेलो जी। हेलो। सत श्री अकाल जी। सत श्री अकाल जी। ठीक ठाक हो जी? या। चलो, चढ़ती कला चलो, परमात्मा आपको खुश रखे। गॉड ब्लेस यू। थैंक यू। खुश ने, खुश ने, घरों दूर आए ने, खुश ने, बहुत बढ़िया। अगे अगे दे दो जी। सत श्री अकाल जी। सत श्री अकाल जी। तुहाडा की नाम है जी? लिंदुम यालिक। इसका क्या मतलब है जी? लिंदुम मेरी सरनेम है, मेरे फादर की सरनेम है, और यालिक है चंचल। चंचल? यस। ओके ओके, चंचल जी बहुत अच्छे। याली की मेरी नाम। याली की जी, बहुत अच्छे। ठीक ठाक जी, घर पे सारे ठीक ठाक? सारे ठीक ठाक। चलो बहुत बढ़िया। आप भी जरूर हाय हेलो नमस्ते कहना सभी घर वालों को। ओके जी। तो आप मतलब अब अरुणाचल का, अरुणाचल प्रदेश का फोक डांस पेश करोगे? यस सर। क्या कहते हैं उसका, क्या नाम है? लोकल डांस। लोकल डांस। ओके ओके। फोक तो नहीं है बेसिकली, ये जस्ट ऐसे एंजॉयमेंट के लिए। गाना अरुणाचल का? हाँ जी। पंजाबी समझ जाते तुम्हें? खिंच के रखो कम। इसका क्या मतलब है खिंच के रखो कम? मतलब बांधे रखो अपना काम। इसका मतलब है बांधे रखो काम। चढ़ती कला कि अपना काम पकड़ के रखो और जज मतलब ठीक से करो। ठीक से करो। हाँ जी। बहुत बढ़िया। एदा की मतलब है अभी जज के। जज के मतलब एकदम बढ़िया से, अत से। अगर आपको कोई भी शाबाश चक दो फटे, क्या मतलब है इसका? मतलब थोर थोर के कर। थोर थोर कर। थैंक यू सो मच। मतलब हिला डालो सबको। बहुत बढ़िया, बहुत बढ़िया। तो ये साडे साडे देश दे रंग ने, बहुत बढ़िया। बहुत अच्छा लगा आपसे बातचीत करके, बातचीत करके गुड लक। Can I?
लो जी अरुणाचल प्रदेश के बच्चों के डांस तो बाद हुण वक्त मतलब जाने का करता दिल तो नहीं करता पर अगले हफ्ते नवे कैंपस के मिलेंगे सेम टाइम बुधवार शाम को 7 बजे परमात्मा थोनू सारियां नू चढ़दी कला च रखे थोड़ी सेहत ठीक ठाक होवे MH1 देखते रहो जो भी हाँ सिर्फ तुहाडे करके हाँ तुहाडे आशीर्वाद नाल हाँ मैनू प्यार करते रहो दाल फुलका तुहाडे करके चलता है ख्याल रखो खुश रहो सत श्री अकाल जी थैंक यू सो मच सत श्री अकाल जी मैं थोड़ा अपना रवनीत थैंक यू सो मच तुम शो में इन्ना प्यार करते हो नाल दे नाल MH1 कंटिन्यू मीडिया के इस यूट्यूब चैनल में तुम सबसक्राइब कर लो नाले बैल आइकन जरूर प्रेस कर लो ताकि अगले शोज़ की जो नोटिफिकेशन है वो तुम्हें मिल जाए सत श्री अकाल जी।